ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਅਕਾਲ ਪੁਰਖ ਦਾ ਧੰਨਵਾਦ, ਬਹੁਤ ਬਹੁਤ ਕਿਰਪਾ। ਅੱਜ ਆਪ ਸੰਗਤ ਦੇ ਦਰਸ਼ਨ ਹੋਏ, ਗੋਲਡੀ ਵੀਰ ਜੀ ਇੱਥੋਂ ਦੇ ਪ੍ਰਬੰਧਕਾਂ ਦੇ ਇਸ ਮਿਹਨਤ ਸਦਕਾ। ਅਤੇ ਜਿਸ ਵਿਸ਼ੇ ਦੇ ਉੱਤੇ ਆਪ ਜੀ ਨਾਲ ਸਾਂਝ ਪਾਉਣੀ ਹੈ, ਅੰਗਰੇਜ਼ੀ ਦੇ ਵਿੱਚ ਤਾਂ ਹੈ ਸੇਵ ਦਾਈ ਹਿਊਮੈਨਿਟੀ, ਪੰਜਾਬੀ ਵਿੱਚ ਲਿਖਿਆ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਇਹ ਸਾਰੰਗ ਦੀ ਵਾਰ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1251 ਦੇ ਉੱਤੇ ਸਲੋਕ ਪਹਿਲਾ ਪੰਜਵਾਂ ਹੈ ਜੀ। ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਅਨ ਪਾਣੀ ਮੁੱਛ ਉਪਾਏ ਦੁੱਖ ਦਲੰਦ ਭਾਂਤਰ, ਅਰਦਾਸ ਸੁਣੀ ਦਤਾਰ ਹੋਈ ਸਿਸਠਰ, ਲੇਵੋ ਕੰਠ ਲਗਾਏ ਅਪਦਾ ਸਭ ਹਰ, ਨਾਨਕ ਨਾਮ ਧਿਆਏ ਪ੍ਰਭ ਕਾ ਸਫਲ ਕਰ। ਇਹ ਇੱਕ ਅਰਦਾਸ ਹੈ ਸਭੇ ਜੀ ਸੰਭਾਲ। ਅਤੇ ਸਾਡੀ ਜਿਹੜੀ ਰਹਿਤ ਮਰਿਆਦਾ ਅਨੁਸਾਰ ਅਰਦਾਸ ਦਾ ਆਖਰੀ ਬੰਦ ਵੀ ਇਹੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਸਰਬਤ ਦਾ ਭਲਾ ਮੰਗਣ ਤੋਂ ਭਾਵ ਹਰ ਜੀ ਦਾ, ਜਿੰਨੇ ਵੀ ਜੀ ਇਸ ਧਰਤੀ ਦੇ ਉੱਤੇ ਨੇ। ਮੈਂ ਦੋ ਈਵੈਂਟਸ ਤੋਂ ਇਹ ਗੱਲ ਥੋੜ੍ਹੀ ਜਿਹੀ ਸਪਸ਼ਟ ਕਰਨਾ ਚਾਹੁੰਦਾ ਕਿ ਸਰਬਤ ਦੇ ਭਲੇ ਤੋਂ ਕੀ ਭਾਵ ਹੈ। ਆਪ ਜੀ ਨੇ ਨਾਂ ਸੁਣਿਆ ਹੋਏਗਾ ਗੁਰਬਖਸ਼ ਸਿੰਘ ਪ੍ਰੀਤ ਲੜੀ, ਇਹਨਾਂ ਨੇ ਪੰਜਾਬੀ ਸਾਹਿਤ ਦੇ ਅੰਦਰ ਬਹੁਤ ਕੁਛ ਲਿਖਿਆ, ਔਰ ਭਾਵੇਂ ਅਸੀਂ ਇਹਨਾਂ ਦੀਆਂ ਸਾਰੀਆਂ ਰਚਨਾਵਾਂ ਦੇ ਨਾਲ ਆਪਣੇ ਆਪ ਨੂੰ ਸਹਿਮਤ ਨਾ ਵੀ ਹੋਈਏ, ਪਰ ਮਨੁੱਖ ਦੇ ਅੰਦਰ ਉਹਨਾਂ ਦੀ ਇੱਕ ਗੱਲ ਬੜੀ ਦਿਲ ਨੂੰ ਛੋਹਣ ਵਾਲੀ ਹੈ। ਕਹਿੰਦੇ ਹੁਣ ਹਰ ਰਾਈਟਰ ਦਾ ਆਪਣਾ ਤਰੀਕਾ ਹੈ ਗੱਲ ਨੂੰ ਕਹਿਣ ਦਾ। ਕਹਿਣ ਲੱਗੇ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਦੇ ਅੰਦਰ ਜਦੋਂ ਦੋਨੋਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ, ਜਕਾਰੇ ਛੱਡੇ, ਰਹਿਰਾਸ ਦਾ ਪਖਤ ਆਇਆ, ਅਰਦਾਸੀਆ ਸਿੰਘ ਅਰਦਾਸ ਕਰਨ ਲੱਗਾ ਅਤੇ ਪਾਤਸ਼ਾਹ ਨੇ ਰੋਕ ਦਿੱਤਾ ਕਿ ਅੱਜ ਅਰਦਾਸ ਮੈਂ ਕਰਨੀ ਹੈ। ਕਹਿੰਦੇ ਗੁਰੂ ਪਾਤਸ਼ਾਹ ਨੇ ਅਰਦਾਸ ਕੀਤੀ, ਜਿਸ ਵੇਲੇ ਆਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ, ਤਾਂ ਉੱਚੀ ਉੱਚੀ ਸਾਰੀ ਸਰਬਤ ਦਾ ਭਲਾ, ਸਰਬਤ ਦਾ ਭਲਾ, ਸਰਬਤ ਦਾ ਭਲਾ ਤਿੰਨ ਵਾਰੀ ਆਖਿਆ। ਅਰਦਾਸ ਦੀ ਸਮਾਪਤੀ ਹੋਈ, ਸਿੰਘਾਂ ਨੇ ਪੁੱਛ ਲਿਆ ਦਾਤਾ ਅੱਜ ਆਪਨੇ ਸਰਬਤ ਦਾ ਭਲਾ ਤਾਂ ਇਹ ਵਾਰੀ ਮੰਗਿਆ, ਇਹਦੀ ਕੋਈ ਖਾਸ ਵਜ੍ਹਾ ਹੈ?
ਅਰਦਾਸੀਏ ਸਿੰਘ ਤੋਂ ਅਰਦਾਸ ਨਹੀਂ ਕਰਾਈ, ਆਪਨੇ ਕੀਤੀ ਹੈ, ਇਹਦੇ ਪਿੱਛੇ ਕੋਈ ਰਾਜ਼ ਹੈ? ਕਹਿਣ ਲੱਗਾ ਹਾਂ ਹੈ। ਪਾਤਸ਼ਾਹ ਨੇ ਕਿਹਾ ਜੋ ਗੁਰਬਖਸ਼ ਸਿੰਘ ਨੇ ਆਪਣੀ ਪੁਸਤਕ ਦੇ ਵਿੱਚ ਲਿਖਿਆ, ਕਹਿਣ ਲੱਗਾ ਅੱਜ ਮੈਂ ਸਰਬਤ ਦਾ ਭਲਾ ਉਹਨਾਂ ਦਾ ਵੀ ਮੰਗਿਆ ਜਿਨ੍ਹਾਂ ਦੇ ਥਾਈਂ ਮੇਰੇ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋਏ ਨੇ। ਮਤਾਂ ਕਿਧਰੇ ਮਨ ਦੇ ਵਿੱਚ ਕੋਈ ਹਿਰਖ ਰਹਿ ਜਾਏ, ਕੋਈ ਅਜਿਹਾ ਮਨ ਦੇ ਅੰਦਰ ਕੋਈ ਦੋਸ਼ ਉਤਪੰਨ ਹੋ ਜਾਏ, ਨਹੀਂ, ਸਰਬਤ ਦਾ ਭਲਾ ਮੈਂ ਸਾਰਿਆਂ ਵਾਸਤੇ ਮੰਗ ਰਿਹਾ। ਦੂਜਾ ਈਵੈਂਟ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵਿੱਚੋਂ ਹੈ। ਇਹ ਲਿਖਿਆ ਹੈ, ਤੁਸੀਂ ਨਾਂ ਸੁਣਿਆ ਹੋਏਗਾ, ਪ੍ਰਿੰਸੀਪਲ ਸੁਜਾਨ ਸਿੰਘ, ਬੜਾ ਸੋਹਣਾ ਕਹਾਣੀਕਾਰ ਹੋਇਆ। ਇਸ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਉੱਤੇ ਵੱਡੇ ਗੀਆਂ ਵਡਿਆਈਆਂ ਪੁਸਤਕ ਲਿਖੀ ਹੈ, 500 ਸਾਲ ਗੁਰਪੁਰਬ 'ਤੇ ਲਿਖੀ ਸੀ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਮਾਡਰਨ ਕਹਾਣੀ ਦੇ ਰੂਪ ਵਿੱਚ ਜਿਹੜੀਆਂ ਸਾਖੀਆਂ ਨੇ ਉਹਨੂੰ ਵੀ ਪੇਸ਼ ਕੀਤਾ। 300 ਸਾਲਾ ਗੁਰੂ ਸਾਹਿਬ ਦੇ ਗੁਰਪੁਰਬ ਦੇ ਉੱਤੇ ਕਲਗੀ ਦੀਆਂ ਅਣੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੇ ਉੱਤੇ 300 ਸਾਲਾ ਗੁਰਪੁਰਬ 'ਤੇ ਪੁਸਤਕ ਆਈ ਸੀ, ਗੁਰੂ ਅਮਰਦਾਸ ਜੀ ਦੇ ਗੁਰਪੁਰਬ 'ਤੇ ਵੀ ਆਈਆਂ। ਮੈਂ ਜਿਹੜੀ ਕਲਗੀ ਦੀਆਂ ਅਣੀਆਂ ਪੁਸਤਕ ਦੇ ਵਿੱਚੋਂ ਸਿਰਫ ਇੱਕ ਈਵੈਂਟ ਆਪ ਜੀ ਦੇ ਨਾਲ ਸ਼ੇਅਰ ਕਰਨਾ ਚਾਹਾਂਗਾ, ਜਿਹੜਾ ਸਰਬਤ ਦੇ ਭਲੇ ਦੀ ਗੱਲ ਕਰ ਰਿਹਾ। ਕਹਿੰਦੇ ਤੁਸੀਂ ਪਾਉਂਟਾ ਸਾਹਿਬ ਸ਼ੇਰਗਾਹ ਗੁਰਦੁਆਰਾ ਦੇਖਿਆ ਹੋਏਗਾ, ਉਹਦਾ ਇਤਿਹਾਸ ਵੀ ਪਤਾ ਹੋਏਗਾ। ਜਿਸ ਢੰਗ ਦੇ ਨਾਲ ਉਹਨਾਂ ਨੇ ਸ਼ੇਰਗਾਹ ਦੇ ਜਿਹੜਾ ਪਿਛੋਕੜ ਹੈ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪ੍ਰਿੰਸੀਪਲ ਸੁਜਾਨ ਸਿੰਘ ਨੇ, ਮੈਂ ਉਹ ਆਪ ਜੀ ਨਾਲ ਸ਼ੇਅਰ ਕਰਨਾ ਚਾਹੁੰਦਾ। ਕਹਿਣ ਲੱਗੇ ਜਿਸਰੇ ਗੁਰੂ ਸਾਹਿਬ ਦਾ ਨਿਵਾਸ ਪਾਉਂਟਾ ਸਾਹਿਬ ਵਿਖੇ ਹੈ, ਤਾਂ ਪਾਉਂਟਾ ਸਾਹਿਬ ਵਿਖੇ ਉਸ ਨਿਵਾਸ ਦੇ ਸਮੇਂ ਪਤਾ ਲੱਗਾ ਕਿ ਇੱਕ ਬੜਾ ਮਾਨਸ ਖੋਰਾ ਸ਼ੇਰ ਹੈ, ਬੱਬਰ ਸ਼ੇਰ, ਬੜਾ ਜ਼ਬਰਦਸਤ ਹੈ, ਔਰ ਉਸਨੇ ਬਹੁਤ ਆਤੰਕ ਮਚਾਇਆ, ਲੋਕਾਂ ਨੂੰ ਮਾਰ ਰਿਹਾ, ਲੋਕਾਂ ਨੂੰ ਚੁੱਕੇ ਲਿਜਾ ਰਿਹਾ, ਔਰ ਬਹੁਤ ਜ਼ਿਆਦਾ ਦਹਿਸ਼ਤ ਉਸ ਇਲਾਕੇ ਦੇ ਵਿੱਚ ਹੈ। ਤਾਂ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਇਸ ਸ਼ੇਰ ਦਾ ਕੁਛ ਕੀਤਾ ਜਾਏ। ਕਹਿੰਦੇ ਗੁਰੂ ਪਾਤਸ਼ਾਹ ਤਿਆਰ ਹੋਏ, ਹੋਰ ਪਹਾੜੀ ਰਾਜਿਆਂ ਨੂੰ ਵੀ ਲੈ ਲਿਆ ਨਾਲ, ਵੀ ਚਲੋ ਸ਼ੇਰ ਦਾ ਸ਼ਿਕਾਰ ਕਰੀਏ, ਜਿਹੜਾ ਮਾਨਸ ਖੋਰਾ ਹੈ, ਜਿਸਨੇ ਬੜੇ ਆਤੰਕ ਮਚਾਇਆ। ਕਹਿੰਦੇ ਸਾਰਿਆਂ ਦੇ ਨਾਲ ਲੱਭਣ ਲੱਗੇ ਕਿ ਸ਼ੇਰ ਕਿੱਥੇ ਹੈ, ਜਿੱਥੇ ਉਹ ਸ਼ੇਰਗਾਹ ਗੁਰਦੁਆਰਾ, ਕਹਿੰਦੇ ਕਿ ਉਸ ਉਹ ਪਹਾੜੀ ਸੀ ਅਤੇ ਪਹਾੜੀ ਦੇ ਕੋਨੇ ਦੇ ਵਿੱਚ ਉਹ ਸੁੱਤਾ ਪਿਆ ਸੀ ਸ਼ੇਰ। ਜਿਸ ਵੇਲੇ ਲੱਭਿਆ, ਪਹਾੜੀਆਂ ਨੇ ਲੈ ਲਿਆ ਕਿ ਉਹ ਸਾਹਮਣੇ ਸ਼ੇਰ ਹੈ ਜੀ, ਕਰੋ ਇਹਦਾ ਸ਼ਿਕਾਰ। ਪਾਤਸ਼ਾਹ ਨੇ ਰੋਕ ਦਿੱਤਾ, ਕਹਿਣ ਲੱਗੇ ਸੁੱਤਾ ਪਿਆ, ਸੁੱਤੇ ਪਏ ਦੇ ਉੱਤੇ ਅਸੀਂ ਵਾਰ ਨਹੀਂ ਕਰਨਾ। ਕਹਿੰਦੇ ਜੀ ਹੋਰ ਕਿਹੜਾ ਮੌਕਾ ਹੈ, ਅਸੀਂ ਆਪ ਆਪਣੀ ਜਾਨ ਜੋਖਮ ਵਿੱਚ ਪਾਈ ਉਹਦੇ ਸਾਹਮਣੇ, ਉਸ ਖੂੰਖਾਰ ਸ਼ੇਰ ਦੇ ਅੱਗੇ।
ਕਹਿਣ ਲੱਗੇ ਬਈ ਜੇਕਰ ਉਹਨੂੰ ਸੁੱਤਿਆਂ ਨੂੰ ਨਹੀਂ ਮਾਰਨਾ ਤਾਂ ਜਿਉਂਦਿਆਂ ਜਗਾ ਕੇ ਤੂੰ ਸਾਨੂੰ ਮਾਰ ਦੇਗਾ। ਕਹਿੰਦੇ ਕਿ ਕੁਦਰਤ ਦਾ ਨਿਯਮ ਹੈ, ਰੱਬ ਨੇ ਉਹਨੂੰ ਦੰਦ ਦਿੱਤੇ ਨੇ, ਉਹਦੇ ਪੰਜੇ ਨੇ, ਉਹਦੇ ਬੜੇ ਹਥਿਆਰਬੰਦ ਉਹ ਪਾੜ ਸਕਦਾ, ਸਾਡੇ ਕੋਲ ਉਹ ਚੀਜ਼ ਨਹੀਂ ਹੈ। ਤਲਵਾਰ ਅਤੇ ਢਾਲ ਲੈ ਕੇ ਪਹਿਲਾਂ ਉਹਨੂੰ ਜਗਾਉਣਾ, ਹੁਣ ਉਹਨੂੰ ਜਗਾ ਕਰਕੇ ਉਹ ਮਾਰ ਕਰੇ ਤਾਂ ਕਿ ਉਹਦੇ ਮਨ ਵਿੱਚ ਕੋਈ ਹਿਰਖ ਨਾ ਰਹਿ ਜਾਏ ਕਿ ਮੈਨੂੰ ਸੁੱਤਿਆਂ ਕਿਸੇ ਮਾਰ ਦਿੱਤਾ, ਮੈਨੂੰ ਅਜਾਈਂ ਮਾਰ ਦਿੱਤਾ। ਜੰਗ ਵਿੱਚ ਕੋਈ ਸ਼ਹੀਦ ਹੋ ਜਾਏ ਠੀਕ ਹੈ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸੀ ਮਾਰੇ ਪੈ ਵੱਗੇ ਖਸਮੇ ਸਾਪੁਰਸਾਈ, ਇਹ ਗੱਲ ਨਹੀਂ ਹੋਣ ਦੇਣੀ। ਕਹਿਣ ਲੱਗੇ ਸਾਰੇ ਰਾਜੇ, ਸਾਰੇ ਵੱਡੇ ਵੱਡੇ ਸੂਰਬੀਰ, ਉਹਨਾਂ ਕਿਹਾ ਜੀ ਅਸੀਂ ਨਹੀਂ ਜਾ ਸਕਦੇ ਸ਼ੇਰ ਦੇ ਅੱਗੇ, ਅਸੀਂ ਨਹੀਂ ਉਹਨੂੰ ਜਗਾ ਕੇ ਮਾਰ ਸਕਦੇ। ਤਾਂ ਕਹਿੰਦੇ ਗੁਰੂ ਪਾਤਸ਼ਾਹ ਤਲਵਾਰ ਅਤੇ ਢਾਲ ਲੈ ਕੇ ਉਸ ਗੁਫਾ ਵੱਲ ਪਹੁੰਚੇ, ਉਹਨੂੰ ਜਗਾਇਆ। ਉਹਦਾ ਪਹਿਲਾ ਜਿਹੜਾ ਹਮਲਾ ਸੀ ਢਾਲ ਦੇ ਉੱਤੇ, ਉਹਨੂੰ ਤੁਸੀਂ ਉਹ ਵੇਖਿਆ ਹੋਏਗਾ ਫੋਟੋ, ਉੱਥੇ ਤਸਵੀਰ ਵੀ ਲੱਗੀ ਹੋਈ ਹੈ ਸ਼ੇਰਗਾਹ ਗੁਰਦੁਆਰੇ ਦੇ ਅੰਦਰ ਢਾਲ ਦੇ ਉੱਤੇ, ਅਤੇ ਫਿਰ ਉਸ ਨੂੰ ਸਮਾਪਤ ਕੀਤਾ ਅਤੇ ਆਮ ਮਨੁੱਖਤਾ ਨੂੰ ਜਿਹੜੇ ਉੱਥੋਂ ਦੇ ਵਸਨੀਕ ਨੇ ਉਹਨਾਂ ਨੂੰ ਇੱਕ ਤਰਵਾਸ ਮਿਲੀ ਕਿ ਇਹ ਖੂੰਖਾਰ ਜਾਨਵਰ ਜਿਹੜਾ ਇਹ ਸਮਾਪਤ ਹੋਇਆ। ਇੱਕ ਹੋਰ ਘਟਨਾ ਜਿਹੜੀ ਮੋਹਸਨ ਫਾਨੀ ਨੇ ਲਿਖੀ ਹੈ, ਮੋਹਸਨ ਫਾਨੀ ਛੇਵੇਂ ਪਾਤਸ਼ਾਹ ਦੇ ਵੇਲੇ ਇਤਿਹਾਸਕਾਰ ਹੋਇਆ, ਜਿਹਨੇ ਕਿਹਾ ਕਿ ਮੈਂ ਪੂਰੇ ਵਰਲਡ ਦੇ ਅੰਦਰ ਬੜੇ ਸੂਰਵੀਰਾਂ ਦਾ ਇਤਿਹਾਸ ਪੜ੍ਹਿਆ, ਪਰ ਜਿਹੜਾ ਇਤਿਹਾਸ ਔਰ ਜਿਹੜੇ ਈਵੈਂਟਸ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੇ ਵਿੱਚ ਵੇਖਿਆ ਹੈ, ਮੈਨੂੰ ਕੋਈ ਇਹਦਾ ਸਾਨੀ ਨਹੀਂ ਲੱਭਿਆ। ਹੁਣ ਉਹਨੇ ਗੁਰੂ ਹਰਗੋਬਿੰਦ ਸਾਹਿਬ ਬਾਰੇ ਜਿਹੜੀ ਗੱਲ ਲਿਖੀ ਹੈ, ਹੁਣ ਪੈਂਦੇ ਖਾਂ ਦੀ ਸਾਖੀ ਸਾਰੇ ਆਪ ਜਾਣਦੇ ਹੋ। ਪੈਂਦੇ ਖਾਂ ਯਤੀਮ ਬੱਚਾ ਪਠਾਨ ਦਾ, ਔਰ ਉਸਨੇ ਗੁਰੂ ਸਾਹਿਬ ਦੇ ਨਾਲ ਬਚਪਨ ਵਿੱਚ ਗੁਰੂ ਪਾਤਸ਼ਾਹ ਨੇ ਉਹਨੂੰ ਚੰਗਾ ਖਿਲਾਇਆ ਪਿਲਾਇਆ, ਉਹਦੇ ਨਾਲ ਘੋਲ ਯੁੱਧ ਕੀਤਾ, ਉਹਦੇ ਨਾਲ ਕਸਰਤਾਂ ਕੀਤੀਆਂ, ਉਹਨੂੰ ਪੂਰੀ ਤਰ੍ਹਾਂ ਦਾਵ ਪੇਚ ਦੰਗਲ ਇਤਿਹਾਸ ਸਿਖਾਏ, ਅਤੇ ਅੱਗੇ ਜਾ ਕਰਕੇ ਗੁਰੂ ਪਾਤਸ਼ਾਹ ਦਾ ਦੁਸ਼ਮਣ ਬਣ ਜਾਂਦਾ ਹੈ ਔਰ ਮੁਗਲ ਫੌਜਾਂ ਦੇ ਨਾਲ ਰਲ ਜਾਂਦਾ ਹੈ। ਹੁਣ ਫੌਜ ਲੈ ਕਰਕੇ ਉਹ ਗੁਰੂ ਪਾਤਸ਼ਾਹ ਦੇ ਉੱਤੇ ਛੇਵੇਂ ਪਾਤਸ਼ਾਹ ਦੇ ਉੱਤੇ ਚੜ੍ਹਾਈ ਕਰਕੇ ਆਇਆ, ਚੜ੍ਹਾਈ ਕਰਕੇ ਫੌਜਾਂ ਆ ਰਹੀਆਂ ਨੇ, ਇੱਧਰੋਂ ਗੁਰੂ ਪਾਤਸ਼ਾਹ ਦੇ ਫੌਜਾਂ ਨੇ ਗੁਰੂ ਪਾਤਸ਼ਾਹ ਨੂੰ ਲੀਡ ਕਰ ਰਹੇ ਨੇ, ਉੱਧਰੋਂ ਪੈਂਦੇ ਖਾਂ ਲੀਡ ਕਰ ਰਹੇ। ਗੁਰੂ ਪਾਤਸ਼ਾਹ ਲਲਕਾਰ ਕੇ ਕਹਿੰਦੇ ਕਿਉਂ ਇਹਨਾਂ ਫੌਜਾਂ ਨੂੰ ਅਜਾਈਂ ਮਰਵਾਉਣਾ, ਤੈਨੂੰ ਮੇਰੇ ਨਾਲ ਹੈ ਨਾ, ਅਤੇ ਆਹ ਅਸੀਂ ਦੋਨੋਂ ਆਪਣੇ ਆਹਮਣੇ ਸਾਹਮਣੇ ਲੜ ਲੈਂਦੇ ਹਾਂ। ਬੜਾ ਖੁਸ਼ ਹੋਇਆ। ਹੁਣ ਜਿਸ ਵੇਲੇ ਹੋਇਆ ਤਾਂ ਕਹਿਣ ਲੱਗਾ ਜੀ ਆਪ ਹਮਲਾ ਕਰੋ। ਗੁਰੂ ਪਾਤਸ਼ਾਹ ਕਿਹਾ ਨਹੀਂ, ਫਕੀਰ ਕਦੇ ਕਿਸੇ ਉੱਤੇ ਅਜਾਈਂ ਹਮਲਾ ਨਹੀਂ ਕਰਦਾ,
ਮਤਾ ਤੇਰੇ ਮਨ ਦੇ ਵਿੱਚ ਕੋਈ ਰੋਸ ਰਹਿ ਜਾਏ ਤੂੰ ਪਹਿਲਾ ਵਾਰ ਕਰ ਲੈ। ਕਹਿੰਦੇ ਮੈਂ ਪਹਿਲਾ ਵਾਰ ਕੀਤਾ, ਗੁਰੂ ਪਾਤਸ਼ਾਹ ਨੇ ਢਾਲ ਦੇ ਉੱਤੇ ਰੋਕ ਲਿਆ, ਇੱਕ ਹੋਰ ਕਰ ਲੈ। ਥੋੜ੍ਹਾ ਜਿਹਾ ਛਿੱਥਾ ਪਿਆ ਕਿ ਮੇਰਾ ਵਾਰ ਖਾਲੀ ਗਿਆ, ਗੁਰੂ ਪਾਤਸ਼ਾਹ ਨੇ ਰੋਕ ਲਿਆ। ਦੂਜਾ ਕੀਤਾ, ਉਹ ਵੀ ਰੋਕ ਲਿਆ। ਫਿਰ ਕਿਹਾ ਅੱਛਾ ਤੀਜਾ ਕਰ ਲੈ। ਕਹਿੰਦੇ ਛੇ ਵਾਰ ਕੀਤੇ ਉਸਨੇ, ਛੇ ਦੇ ਛੇ ਵਾਰ ਉਸਦੇ ਨਿਸਫਲ ਕਰ ਦਿੱਤੇ। ਅਤੇ ਮੁਸਕਰਾਉਂਦਿਆਂ ਹੋਇਆ ਅਤੇ ਜਿਹੜੇ ਸਿੰਘ ਖਲੋਤੇ ਨੇ ਉਹਨਾਂ ਦੇ ਡੋਲੇ ਫੜ ਕੇ ਕਿ ਪਾਤਸ਼ਾਹ ਕਰ ਕੀ ਰਹੇ ਨੇ, ਸਾਨੂੰ ਹੁਕਮ ਵੀ ਨਹੀਂ ਕਰ ਰਹੇ, ਆਪ ਹੀ ਉਹਨੂੰ ਕਹੀ ਜਾਂਦੇ ਨੇ ਤੂੰ ਵਾਰ ਕਰੀ ਜਾ, ਵਾਰ ਕਰੀ ਜਾ। ਅਤੇ ਕਹਿੰਦੇ ਜਦੋਂ ਛੇਵੀਂ ਵਾਰ ਤੋਂ ਬਾਅਦ ਉਹਦੇ ਛੇ ਨਿਸਫਲ ਹੋ ਗਏ ਅਤੇ ਗੁਰੂ ਪਾਤਸ਼ਾਹ ਨੇ ਸ਼ਮਸ਼ੀਰ ਨੂੰ ਹੱਥ ਪਾਇਆ ਅਤੇ ਮੁਸਕਰਾਉਂਦਿਆਂ ਹੋਇਆ ਕਿਹਾ, ਉਹ ਇਹ ਤਲਵਾਰ ਇਉਂ ਨਹੀਂ ਇੰਚ ਚਲਾਈ ਦੀ ਹੈ। ਮੌਸਮ ਫਾਨੀ ਲਿਖਦਾ ਕਿ ਮੈਂ ਹੈਰਾਨ ਹਾਂ ਚੁਨਾਂਚੇ ਕਿ ਪੂਰੇ ਵਰਲਡ ਦੇ ਅੰਦਰ ਇਹੋ ਜਿਹਾ ਸੂਰਬੀਰ ਨਹੀਂ ਮਿਲਿਆ ਜਿਹੜੇ ਜੰਗ ਦੇ ਮੈਦਾਨ ਵਿੱਚ ਵੀ ਮੁਸਕਰਾਉਂਦਿਆਂ ਹੋਇਆ ਕਿਸੇ ਨੂੰ ਸਿਖਾ ਰਿਹਾ। ਕਹਿੰਦਾ ਇਹ ਫਕੀਰੀ ਭੇਸ ਦੇ ਅੰਦਰ ਜਿਹੜਾ ਕੋਈ ਕਿਸੇ ਨੂੰ, ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਜਿਹੜੀ ਚਿੱਠੀ ਲਿਖੀ ਉਸ ਵਿੱਚ ਕੀ ਗੱਲ ਆ ਗਈ, ਚੂੰਕਾਰ ਅਜ਼ਹਮਾ ਹੀਲ ਤੇ ਦਰ ਗੁਜ਼ਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਿਸ ਵੇਲੇ ਸ਼ਮਸ਼ੀਰ ਚੁੱਕੀ ਜਾਏਗੀ, ਜਿਸ ਵੇਲੇ ਸਾਰੇ ਹੀਲੇ ਖਤਮ ਹੋ ਜਾਣ। ਔਰ ਦੇਖੋ ਇਹ ਤਾਂ ਕਿ ਆਫਟਰ ਆਲ ਕੋਈ ਵੀ ਝਗੜਾ ਹੋਏ ਉਹ ਸੁਲਝਾਇਆ ਟੇਬਲ 'ਤੇ ਬੈਠ ਕੇ ਜਾਂਦਾ, ਜੰਗ ਕੋਈ ਹੱਲ ਨਹੀਂ ਹੈ। ਔਰ ਵੇਖੋ ਜਿਹੜੇ ਹਿਸਟੋਰੀਅਨਸ ਨੇ ਜਦੋਂ ਇਤਿਹਾਸ ਨੂੰ ਐਨਾਲਾਈਜ਼ ਕਰਦੇ ਨੇ ਬੜੇ ਹੈਰਾਨ ਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਜੰਗਾਂ ਲੜੀਆਂ ਅਤੇ ਉਸ ਤੋਂ ਬਾਅਦ ਸ਼ਾਹਜਹਾਂ ਗੁਰੂ ਹਰਿਰਾਏ ਸਾਹਿਬ ਪਾਸ ਇੱਕ ਕਿਸਮ ਦਾ ਗੁਰੂ ਪਾਤਸ਼ਾਹ ਦੇ ਨਾਲ ਹੁਣ ਇੱਕ ਸਮਝੌਤੇ ਦੀ ਗੱਲ ਵੀ ਕਰਨ ਲਈ ਸਾਹਮਣੇ ਆਉਂਦਾ। ਔਰੰਗਜ਼ੇਬ ਜ਼ਫਰਨਾਮਾ ਪੜ੍ਹ ਕੇ ਕਹਿੰਦਾ ਔਰ ਅੰਦਰੋਂ ਤੜਫਦਾ ਕਿ ਮੈਨੂੰ ਗੁਰੂ ਸਾਹਿਬ ਮਿਲ ਜਾਣ, ਮੈਂ ਅੱਲਾਹ ਦੇ ਅੱਗੇ ਆਪਣਾ ਮੂੰਹ ਸੁਰਖਰੂ ਕਰਕੇ ਜਾਵਾਂ। ਔਰ ਇਸੇ ਲਈ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਔਰੰਗਾਬਾਦ ਤੁਸੀਂ ਜਾਓ, ਗੁਰਦੁਆਰਾ ਬਣਿਆ ਹੋਇਆ ਜਿੱਥੇ ਉਹ ਠਹਿਰੇ ਸਨ ਅਤੇ ਜਿੱਥੇ ਔਰੰਗਜ਼ੇਬ ਨਾਲ ਮਿਲੇ ਸਨ, ਉਹ ਅਖੀਰਲੇ ਆਪਣੇ ਤੜਫਦਾ ਹੋਇਆ ਜੇ ਉਹਨੂੰ ਸੁਲੇਸ ਦਿੱਤਾ ਅਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਨੇ ਦਿੱਤਾ। ਗੁਰੂ ਸਾਹਿਬ ਨੂੰ ਤਾਂ ਨਹੀਂ ਮਿਲ ਸਕਿਆ, ਪਰ ਉਹਨੂੰ ਆਖੀਰਲੇ ਟਾਈਮ ਦੇ ਉੱਤੇ ਜਿਹੜਾ ਸੁਲੇਸ ਮਿਲਿਆ ਉਹਦੀ ਭਾਵੇਂ ਗੁਨਾਹਾਂ ਦੀ ਕੋਈ ਉਸ ਨੂੰ ਮਾਫ਼ੀ ਤਾਂ ਨਹੀਂ, ਪਰ ਜਿਹੜੀ ਉਹਦੀ ਤੜਫੜਾਹਟ ਸੀ, ਉਹਦਾ ਅਖੀਰਲੇ ਸਮੇਂ ਦਾ ਪਸ਼ਚਾਤਾਪ ਸੀ, ਦੋਵਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਦੇ ਅੱਗੇ ਉਸ ਨੇ ਆਪਣੇ ਗੁਨਾਹ ਕਬੂਲ ਕਰਕੇ ਮਾਫ਼ੀ ਮੰਗਣ ਦੀ ਯਾਚਨਾ ਵੀ ਕੀਤੀ ਹੈ। ਹੁਣ ਦੇਖਿਆ ਜਾਵੇ ਜਿਹੜੀ ਅਰਦਾਸ
ਅਸੀਂ ਰੋਜ਼ ਕਰਦੇ ਹਾਂ। ਮੈਨੂੰ ਇੱਥੇ ਇੱਕ ਗੱਲ ਆਈ, ਅਰਦਾਸ ਕਰਨ ਤੋਂ ਭਾਵ ਕੀ ਹੁੰਦਾ? ਇੱਕ ਕ੍ਰਿਸਚੀਅਨ ਮਿਸ਼ਨਰੀ ਹੈ, ਪਿੰਡ ਦੇ ਅੰਦਰ ਬਰਸਾਤ ਨਹੀਂ ਹੋਈ, ਸਾਰੇ ਪਿੰਡ ਵਾਲੇ ਇਕੱਠੇ ਹੋ ਕਰਕੇ ਉਸਦੇ ਪਾਸ ਜਾਂਦੇ ਹਨ ਕਿ ਤੁਸੀਂ ਯਸ਼ੂ ਮਸੀਹ ਦੇ ਅੱਗੇ ਅਰਦਾਸ ਕਰੋ, ਪ੍ਰੇਅਰ ਕਰੋ ਤਾਂ ਕਿ ਇੱਥੇ ਬਰਸਾਤ ਹੋ ਜਾਏ। ਕਹਿੰਦੇ ਨੇ, ਉਹ ਕਹਿੰਦੇ ਨੇ, ਚਲੋ ਮੈਂ ਉਸ ਪਹਾੜ 'ਤੇ ਜਾਂਦਾ ਅਤੇ ਸਾਰੇ ਅਸੀਂ ਪਿੰਡ ਵਾਸੀ ਚੱਲੀਏ ਅਤੇ ਅਸੀਂ ਸਮੂਹਿਕ ਪ੍ਰੇਅਰ ਕਰਾਂਗੇ ਰੱਬ ਦੇ ਅੱਗੇ। ਕਹਿੰਦੇ ਨੇ ਸਾਰੇ ਚਲੇ ਗਏ, ਉਹ ਸਾਰਿਆਂ ਵੱਲ ਵੇਖੀ ਜਾਏ, ਦੂਰ ਲੈ ਗਿਆ ਸੀ। ਅਤੇ ਉਹਨੇ ਕਹਿਣ ਲੱਗੇ, ਜੀ ਅਰਦਾਸ ਪ੍ਰਾਰੰਭ ਕਰੋ। ਉਹ ਸਾਰਿਆਂ ਵੱਲ ਦੇਖੇ, ਸਾਰਿਆਂ ਦੇ ਪੈਰਾਂ ਵੱਲ ਵੇਖੇ, ਸਾਰਿਆਂ ਦੇ ਉਹਨੇ ਬੈਗ ਵੇਖੇ। ਕਹਿੰਦੇ, ਮਹਾਰਾਜ ਅਰਦਾਸ ਕਰੋ। ਕਹਿੰਦੇ, ਮੈਂ ਅਰਦਾਸ ਕਿਸ ਤਰ੍ਹਾਂ ਕਰਾਂ? ਤੁਹਾਡੇ ਕਿਸੇ ਕੋਲ ਛਤਰੀ ਤਾਂ ਹੈ ਨਹੀਂ, ਤੁਹਾਡੇ ਕੋਲ ਭਰੋਸਾ ਤਾਂ ਹੈ ਨਹੀਂ ਕਿ ਅਰਦਾਸ ਮੈਂ ਕਰਾਂ, ਬਰਸਾਤ ਹੋ ਗਈ ਤਾਂ ਤੁਸੀਂ ਵਾਪਸ ਕਿਵੇਂ ਜਾਓਗੇ? ਅਸੀਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਕੀ ਸਰਬਤ ਦੇ ਭਲੇ ਦੇ ਲਈ ਆਪਣਾ ਕਮਰ ਕੱਸਾ ਵੀ ਕੀਤਾ? ਸਾਡੇ ਮਨ ਦੇ ਕਿਧਰੇ ਇਹ ਤਾਂ ਨਹੀਂ? ਅਸੀਂ ਮੂੰਹਾਂ ਮੂੰਹ ਅਰਦਾਸ ਤਾਂ ਕਰ ਰਹੇ ਹਾਂ ਪਰ ਮੰਗਾਂ ਸਾਡੀਆਂ ਕੁਝ ਹੋਰ ਨੇ। ਅਸੀਂ ਤਾਂ ਇਹ ਵੀ ਕਹਿ ਰਹੇ ਹਾਂ ਕਿ ਜਿਹੜੀ ਸੰਗਤ ਆਈ ਆ ਉਹਨਾਂ ਦੇ ਕਦਮ ਲੇਖੇ ਲਾਉਣੇ, ਅਤੇ ਜਿਹੜੇ ਕਦਮ ਸਾਡੇ ਪੁੱਠੇ ਪਾਸੇ ਜਾਂਦੇ ਨੇ ਉਹ ਲੇਖੇ 'ਚ ਨਹੀਂ ਆਉਣਗੇ। ਜਦਕਿ ਅਰਦਾਸ ਵਿੱਚ ਅਸੀਂ ਮੰਗਦੇ ਹਾਂ, ਦਾਤਾ ਲੇਖਿਆਂ ਤੋਂ ਬਚਾਈ, ਲੇਖੇ ਕਿਤੇ ਨਾ ਛੂਟੇ, ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲਿਆ ਨਾਨਕ ਪਾਰ ਉਤਾਰ। ਪਰ ਅਸੀਂ ਅਰਦਾਸਾਂ ਕਰੀ ਜਾਂਦੇ ਹਾਂ, ਆਪਣੀਆਂ ਮੰਗਾਂ ਮੰਨੀ ਜਾਂਦੇ ਹਾਂ। ਯਾਚਨਾ ਤਾਂ ਇੱਕੋ ਹੈ ਉਸ ਪਰਮਾਤਮਾ ਪਾਸ, ਨਾਨਕ ਨਾਮ ਚੜ੍ਹਦੀ ਕਲਾ। ਸਾਡੀ ਅਸੀਂ ਜਦੋਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਦਹਿਰ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਵਿੰਤੁਦ ਹੋਰ ਜੇ ਮੰਗਣਾ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਯਾਚਨਾ ਤਾਂ ਇੱਕੋ ਹੈ, ਪੂਜਾ ਕੀਚੇ ਨਾਮ ਧਿਆਈਏ, ਬਿਨ ਨਾਮੇ ਪੂਜ ਨਾ ਹੋਈ। ਨਾਮ ਤੋਂ ਬਿਨਾਂ ਕਿਹੜੀ ਅਰਦਾਸ ਹੈ? ਨਾਮ ਤੋਂ ਬਿਨਾਂ ਕਿਹੜੀ ਪੂਜਾ ਹੈ? ਨਾਮ ਤੋਂ ਬਿਨਾਂ ਕਿਹੜੀ ਉਪਾਸਨਾ ਹੈ? ਹੋ ਹੀ ਨਹੀਂ ਸਕਦੀ। ਸਾਨੂੰ ਅਜੇ ਕਰਮ ਕਰਨ ਦੇ ਲਈ ਕਮਰਕੱਸਾ ਵੀ ਕਰਨਾ, ਚੜ੍ਹਦੀ ਕਲਾ ਹਰ ਵੇਲੇ। ਭਾਵੇਂ ਦੇਖੋ ਅਰਦਾਸ ਸੀ ਨਾ, ਅਬਦਾਲੀ ਦਾ ਸੂਇਆ ਕੰਬ ਉੱਠਿਆ ਸੀ ਜੱਸਾ ਸਿੰਘ ਆਹਲੂਵਾਲੀਆ ਨੇ ਜਦੋਂ ਅਰਦਾਸ ਕੀਤੀ। ਵੱਡਾ ਘੱਲੂਘਰ ਹੈ, ਥੱਲੇ ਖੂਹ ਦਾ ਪੂਰਾ ਖੂਨ ਦਾ ਛੱਪੜ ਹੈ। ਖਲੋ ਕੇ ਰਹਿਰਾਸ ਤੋਂ ਬਾਅਦ ਅਰਦਾਸ ਕੀਤੀ, ਦਾਤਾ ਇਹ ਦਿਨ ਤੇਰੇ ਭਾਣੇ ਅੰਦਰ ਸੁੱਖ ਦਾ ਬਤੀਤ ਹੋਇਆ, ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਬਤੀਤ ਕਰਾਉਣੇ। ਕੰਬ ਉੱਠਿਆ
ਕਿ ਅੱਧੀ ਤੋਂ ਵੱਧ ਕੌਮ ਸ਼ਹੀਦ ਹੋ ਗਈ ਅਤੇ ਇਹ ਤੇਰੇ ਪਾਣਿਆ ਤੇਰਾ ਇੰਨਾ ਸੁੱਖ, ਇਸ ਨੂੰ ਸੁੱਖ ਕਹਿ ਰਹੇ ਨੇ। ਮੀਆਂ ਮੀਰ ਦੇ ਜੇਲ੍ਹ ਦੇ ਅੰਦਰ ਜਿਨ੍ਹਾਂ ਮਾਈਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾਏ, ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ ਅਤੇ ਸ਼ਾਮ ਨੂੰ ਫਿਰ ਸ਼ੁਕਰ ਦੀ ਅਰਦਾਸ ਕਰਦੇ, ਦਾਤਾ ਸ਼ੁਕਰ ਹੈ, ਇਹ ਦਿਨ ਬਤੀਤ ਹੋਇਆ। ਕੰਬ ਉੱਠੇ ਚੌਕੀਦਾਰ, ਕਿਉਂਕਿ ਬੱਚਿਆਂ ਨੂੰ ਸੁੱਟਦੇ ਸੀ, ਨੇਜ਼ੇ 'ਚ ਪਰਾਉਂਦੇ ਸੀ, ਉਹਨਾਂ ਦਾ ਹਾਰ ਬਣਾ ਕੇ ਗਲੇ 'ਚ ਪਾਉਂਦੇ ਸੀ, ਅਤੇ ਇੱਕ ਮਾਈ ਨੇ ਬੁਲਾ ਲਿਆ ਚੌਕੀਦਾਰ ਨੂੰ, ਆ ਇੱਧਰ। ਉਹਨੇ ਸਮਝਿਆ ਸ਼ਾਇਦ ਰੋਟੀ ਮੰਗੇਗੀ ਜਾਂ ਪਾਣੀ ਮੰਗੇਗੀ। ਉਹ ਮਾਈ ਕਹਿੰਦੀ, ਉਹ ਜਿਹੜਾ ਦੂਜੀ ਮਾਈ ਦੇ ਗਲੇ 'ਚ ਹਾਰ ਪਿਆ ਨਾ, ਮੇਰੇ ਬੱਚੇ ਦਾ, ਉਹ ਲਾ ਕੇ ਮੈਨੂੰ ਪਾ ਦੇ, ਅਤੇ ਇਹ ਕਿਸੇ ਹੋਰ ਬੱਚੇ ਦਾ ਉਹਨੂੰ ਪਾ ਦੇ। ਉਹਦੀਆਂ ਕੰਬਾਂ, ਲੱਤਾਂ ਕੰਬ ਗਈਆਂ ਉਸ ਚੌਕੀਦਾਰ ਦੀਆਂ, ਕਿ ਇਹ ਕਿਹੋ ਜਿਹੇ ਭਾਣੇ ਦੇ ਅੰਦਰ ਸਰਸ਼ਾਰ ਮਾਈਆਂ ਨੇ, ਬੀਬੀਆਂ ਨੇ। ਇਹ ਸੀ ਭਰੋਸਾ ਕਿ ਅਰਦਾਸ ਕੀਤੀ ਹੈ ਅਤੇ ਸਾਡੇ ਡੀਡਸ, ਰੱਬ ਨੇ ਸ਼ਕਤੀ ਦਿੱਤੀ ਹੈ ਅਤੇ ਉਸ ਨੂੰ ਪੂਰਾ ਕਰਨ ਵਾਸਤੇ ਸ਼ਕਤੀ ਮਿਲੀ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਧਨਾਸਰੀ ਰਾਗ ਦੇ ਵਿੱਚ ਕਹਿੰਦੇ ਨੇ, ਕਰਦੀ ਕੂੜ ਬੋਲ ਭਲਖਾਏ, ਬਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇਗਾ ਬੰਦ। ਇਸ ਮਨੁੱਖਤਾ ਦੇ ਉੱਤੇ ਜਿਹੜਾ ਉਜਾੜਾ ਪਾਇਆ ਬ੍ਰਹਮਨਿਜ਼ਮ ਨੇ, ਜੋਗੀਆਂ ਨੇ ਔਰ ਕਾਜ਼ੀਆਂ ਨੇ, ਕਾਜ਼ੀ ਹੋਏ ਰਿਸ਼ਵਤੀ ਜਿਨ੍ਹਾਂ ਨੇ ਇਨਸਾਫ ਕਰਨਾ, ਰਿਸ਼ਵਤ ਲੈ ਕੇ ਉਹ ਕੰਮ ਨਹੀਂ ਕਰਨ ਦਿੰਦੇ। ਜੋਗੀ ਆਪਣੇ ਆਪ ਨੂੰ ਸਮਝਦੇ, ਅਸੀਂ ਜੁਗਤ ਨੂੰ ਪਛਾਣ ਲਿਆ, ਪਰ ਅਗਲੇ ਹੀ ਬੰਦ ਦੇ ਅੰਦਰ ਬਾਹਮਣ ਕੌਣ ਹੈ, ਜੋਗੀ ਕੌਣ ਹੈ, ਕਾਜ਼ੀ ਕੌਣ ਹੈ। ਜਿਹਨੇ ਕਾਜ਼ੀ ਛੋ ਜਿਸ ਮਰਨ ਪਛਾਣਿਆ, ਗੁਰਪ੍ਰਸਾਦੀ ਜਿਸਨੇ ਜੁਗਤ ਨੂੰ ਪਛਾਣਿਆ, ਜੋਗੀ ਉਹ ਹੈ, ਬ੍ਰਾਹਮਣ ਉਹ ਹੈ ਜਿਹਨੇ ਬ੍ਰਹਮ ਨੂੰ ਪਛਾਣ ਲਿਆ। ਪਾਤਸ਼ਾਹ ਸਿਰਫ ਕ੍ਰਿਟੀਸਾਈਜ਼ ਨਹੀਂ ਕਰ ਰਹੇ, ਕੰਡੈਮ ਨਹੀਂ ਕਰ ਰਹੇ, ਇੱਕ ਸਪਿਰਿਚੁਅਲ ਮਾਡਲ ਵੀ ਦੇ ਰਹੇ ਨੇ। ਇੱਕ ਬ੍ਰਾਹਮਣ ਸਪਿਰਿਚੁਅਲੀ ਕਿਹੋ ਜਿਹਾ ਹੋਣਾ ਚਾਹੀਦਾ, ਜੋਗੀ ਕਿਹੋ ਜਿਹਾ ਹੋਣਾ ਚਾਹੀਦਾ ਔਰ ਕਾਜ਼ੀ ਕਿਹੋ ਜਿਹਾ ਹੋਣਾ ਚਾਹੀਦਾ। ਐਵੇਂ ਨਹੀਂ, ਸਰਦਾਰ ਜਗਜੀਤ ਸਿੰਘ ਹੋਏ ਨੇ, ਨਾਮ ਸੁਣਿਆ ਹੋਏਗਾ, ਜਿਨ੍ਹਾਂ ਨੇ ਪੁਸਤਕ ਲਿਖੀ ਹੈ ਸਿੱਖ ਰੈਵੋਲੂਸ਼ਨ। ਫਿਰ ਉਹਨਾਂ ਦਾ ਇੱਕ ਅਬ੍ਰਿਜ ਐਡੀਸ਼ਨ ਆਇਆ ਵਿਸ਼ਵ ਦੇ ਇਨਕਲਾਬਾਂ ਦੇ ਸੰਦਰਭ ਵਿੱਚ, ਸਿੱਖ ਇਨਕਲਾਬ। ਉਹਨਾਂ ਨੇ ਡਿਸਕਸ ਕੀਤਾ ਵਰਲਡ 'ਚ, ਉਹ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਬੱਚਿਆਂ ਨੂੰ, ਗਲੋਰੀਅਸ ਰੈਵੋਲੂਸ਼ਨ ਇੰਗਲੈਂਡ ਦਾ, ਅਮੈਰੀਕਨ ਇੰਡੀਪੈਂਡੈਂਸ ਰੈਵੋਲੂਸ਼ਨ,
ਫਰੈਂਚ ਰੈਵੋਲਿਊਸ਼ਨ, ਰਸ਼ੀਅਨ ਰੈਵੋਲਿਊਸ਼ਨ। ਕਹਿੰਦੇ ਇਹਨਾਂ ਸਾਰੇ ਰੈਵੋਲਿਊਸ਼ਨਸ ਨੂੰ ਇੱਕ ਪਾਸੇ ਰੱਖੋ ਔਰ ਦੂਜੇ ਪਾਸੇ ਸਿੱਖ ਰੈਵੋਲਿਊਸ਼ਨ, ਸਿੱਖ ਇਨਕਲਾਬ ਨੂੰ ਰੱਖੋ, ਤੁਹਾਨੂੰ ਪਤਾ ਲੱਗੇਗਾ ਕਿ ਜਿਹੋ ਜਿਹੇ ਸਮਾਜ ਯੂਰਪ ਦੇ ਅੰਦਰ ਨੇ ਜਿੱਥੇ ਗਲੋਰੀਅਸ ਅਮੈਰੀਕਨ, ਫਰੈਂਚ ਔਰ ਜਰਮਨ ਰੈਵੋਲਿਊਸ਼ਨ ਹੋਏ ਨੇ, ਉਹਨਾਂ ਨੇ ਸੁਸਾਇਟੀ ਦੇ ਵਿੱਚ ਜਿਹੜਾ ਪਲਟਾ ਲਿਆਂਦਾ, ਜਿਹੜਾ ਇਨਕਲਾਬ ਲਿਆਂਦਾ, ਸੁਸਾਇਟੀ ਆਲਰੇਡੀ 40% 'ਤੇ ਸੀ, ਉਹਨਾਂ ਨੇ 60% ਤੱਕ ਉਸ ਦੇ ਅੰਦਰ ਪਰਿਵਰਤਨ ਲਿਆਂਦਾ। ਕਿਉਂਕਿ ਹਿਸਟਰੀ ਇਜ਼ ਵਾਟ ਇਜ਼ ਹਿਸਟਰੀ, ਇਟ ਮਈਅਰਸ ਦੀ ਚੇਂਜ ਦੈਟ ਟੇਕਸ ਪਲੇਸ ਇਨ ਦੀ ਸੁਸਾਇਟੀ ਓਵਰ ਏ ਪੀਰੀਅਡ ਆਫ ਟਾਈਮ। ਇਸ ਮਾਡਲ ਨੂੰ ਸਾਹਮਣੇ ਰੱਖ ਕੇ ਜਦੋਂ ਉਹਨਾਂ ਨੇ ਸਿੱਖ ਇਨਕਲਾਬ ਦੀ ਗੱਲ ਕੀਤੀ, ਕਹਿੰਦੇ ਨੇ ਇੱਥੇ ਤਾਂ ਸੁਸਾਇਟੀ 10% 'ਤੇ ਸੀ, ਉਹਨੂੰ 100% ਤੱਕ ਲੈ ਕੇ ਜਾਣਾ। ਵਰਲਡ ਵਿੱਚ ਕੋਈ ਐਸਾ ਰੈਵੋਲਿਊਸ਼ਨ ਨਹੀਂ ਜਿਹੜਾ 230 ਸਾਲ ਤੱਕ ਮਗਦਾ ਰਿਹਾ ਹੋਵੇ। ਗੁਰੂ ਨਾਨਕ ਪਾਤਸ਼ਾਹ ਨੇ ਨੀਂਹ ਰੱਖੀ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨੂੰ ਸੰਪੂਰਨਤਾ ਦਿੱਤੀ ਹੈ। ਗੁਰੂ ਗੋਬਿੰਦ ਸਿੰਘ ਜੀ ਐਵੇਂ ਨਹੀਂ ਕਹਿੰਦੇ, ਜਦੋਂ ਖਾਲਸੇ ਦੀ ਗੱਲ ਕੀਤੀ ਹੈ ਤਾਂ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ। ਅਤੇ ਕਹਿੰਦੇ ਨੇ ਯਾ ਮੈਂ ਰੰਚਨਾ ਮਿੱਥਿਆ ਭਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਜੋ ਗੁਰੂ ਨਾਨਕ ਦਾ ਪ੍ਰੋਗਰਾਮ ਹੈ, ਮੈਂ ਸਾਖੀ ਹੋ ਕੇ ਇਵੀਡੈਂਸ ਦੇਣਾ ਕਿ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਮਿਸ਼ਨ ਪੂਰਾ ਹੋਇਆ ਜਦੋਂ ਖਾਲਸਾ ਪ੍ਰਗਟ ਹੋਇਆ। ਕੀ ਗੁਰੂ ਨਾਨਕ ਸਿਰਫ ਹਿੰਦੁਸਤਾਨ ਵਾਸਤੇ ਸੀ? ਹੈਰਾਨ ਹੋ ਜਾਓਗੇ, 2008 ਦੇ ਅੰਦਰ ਜੋ ਪੂਰਾ ਵਰਲਡ ਟੂਰ ਲਗਾ ਕਰਕੇ ਕਿੱਥੇ ਕਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਇਵੀਡੈਂਸ ਪਏ ਹੋਏ ਨੇ ਕਿ ਗੁਰੂ ਨਾਨਕ ਪਾਤਸ਼ਾਹ ਆਏ ਨੇ। ਮੈਂ ਸਿਰਫ ਇੱਕ ਬਹੁਤ ਇੰਪੋਰਟੈਂਟ ਜਿਹੜੀ ਮਨੁੱਖਤਾ ਦੇ ਭਲੇ ਦੀ ਗੱਲ ਗੁਰੂ ਪਾਤਸ਼ਾਹ ਕਰ ਰਹੇ ਨੇ, ਉਹ ਸੀ ਅਫਰੀਕਾ ਦੇ ਜੰਗਲ, ਅਫਰੀਕਾ ਦੇ ਅੰਦਰ, ਅਫਰੀਕਨ ਕੰਟਰੀਜ਼ ਦੇ ਅੰਦਰ ਗੁਰੂ ਪਾਤਸ਼ਾਹ ਗਏ ਨੇ। ਤਾਂ ਅਫਰੀਕਨ ਲੋਕ ਗੁਰੂ ਪਾਤਸ਼ਾਹ ਪਾਸ ਬੇਨਤੀ ਕਰਦੇ ਨੇ, ਬਾਬਾ ਸਾਡਾ ਕੈਸਾ ਜੀਵਨ ਹੈ, ਅਸੀਂ ਤਾਂ ਮੋਇਆਂ ਵਰਗੇ ਹਾਂ। ਬਾਹਰੋਂ ਲੋਕ ਆਉਂਦੇ ਨੇ, ਸਾਨੂੰ ਪੁੱਛਦੇ ਨੇ ਕ੍ਰਿਸਚੀਅਨ ਹੋ ਜਾਓ, ਨਹੀਂ ਹੁੰਦੇ ਤਾਂ ਗੁਲਾਮ ਬਣਾ ਕੇ, ਬੇੜੀਆਂ ਬੰਨ ਕੇ, ਹੱਥ ਕੜੀਆਂ ਲਗਾ ਕੇ ਸਾਨੂੰ ਲੈ ਜਾਂਦੇ ਨੇ, ਗੁਲਾਮ ਦੇ ਤੌਰ 'ਤੇ ਵੇਚਦੇ ਨੇ। ਦਿਸ ਵਾਜ਼ ਦਾ ਸਲੇਵ ਟ੍ਰੇਡ ਐਟ ਦੀ ਟਾਈਮ ਆਫ ਗੁਰੂ ਨਾਨਕ ਅਫਰੀਕਾ ਦੇ ਅੰਦਰ। ਪਾਣੀਹੀਨ ਧਰਤੀ ਹੈ, ਗੁਰੂ ਪਾਤਸ਼ਾਹ ਉੱਤੇ ਚਸ਼ਮਾ ਲਗਾਉਂਦੇ ਨੇ ਉਹਨਾਂ ਦੇ ਭਲਾਈ ਵਾਸਤੇ, ਔਰ ਤਹੀਆਂ ਕਰ ਲੈਂਦੇ ਨੇ ਕਿ ਇਹਨਾਂ ਲੋਕਾਂ ਨੂੰ ਆਜ਼ਾਦ ਕਰਾਉਣਾ ਹੈ। ਰੋਮ ਜਾਂਦੇ, ਲੀਓ 10 ਉਸ ਵੇਲੇ 1519 ਦੇ ਲਗਭਗ, ਜਿਹੜਾ ਉਹ 21 ਤੱਕ ਲੀਓ 10 ਰਿਹਾ,
1513 ਤੋਂ ਲੈ ਕੇ 1521 ਤੱਕ ਲੀਓ 10 ਵਾਸ ਦੀ ਪੋਪ ਆਫ ਉਸ ਵੇਲੇ ਵੈਟੀਕਨ ਸਿਟੀ ਦੇ ਅੰਦਰ। ਗੁਰੂ ਪਾਤਸ਼ਾਹ ਐਡਰੈਸ ਕਰਦੇ ਨੇ, ਉਹਨਾਂ ਦੇ ਨਾਲ ਮਾਰਟਨ ਲੂਥਰ ਕਿੰਗ ਵੀ ਹੈ। ਮਾਰਟਨ ਲੂਥਰ ਕਿੰਗ ਦੋ ਹੋਏ ਨੇ, ਇੱਕ ਤਾਂ ਜਰਮਨ ਦਾ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ, ਜਿਸ ਨੂੰ ਕ੍ਰਿਸਚੀਅਨ ਵਰਲਡ ਨੇ, ਕੈਥੋਲਿਕਸ ਨੇ, ਕਿਉਂਕਿ ਉਹ ਪ੍ਰੋਟੈਸਟੈਂਟ, ਉਹਨੇ ਇੰਡਲਜੈਂਸ ਦੇ ਖਿਲਾਫ, ਸੇਲ ਆਫ ਡੀਡਸ ਦੇ ਖਿਲਾਫ ਉਹਨੇ ਬਹੁਤ ਆਵਾਜ਼ ਚੁੱਕੀ ਸੀ, ਅਤੇ ਉਸ ਨੂੰ ਕ੍ਰਿਸਚੀਅਨਿਟੀ ਜੋ ਬੈਨ ਕਰਤਾ ਸੀ, ਪਰ ਉਹ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ। ਅਲੈਗਜ਼ੈਂਡਰੀਆ ਲਾਇਬ੍ਰੇਰੀ ਤੋਂ ਆ ਰਿਹਾ, ਕੋਪਰਨਿਕਸ ਆ ਰਿਹਾ, ਗੁਰੂ ਨਾਨਕ ਸਾਹਿਬ ਨੂੰ ਮਿਲੇ ਨੇ, ਸਮੁੰਦਰੀ ਜਹਾਜ਼ ਵਿੱਚ ਇਕੱਠੇ ਗਏ ਨੇ। ਸ੍ਰੀ ਰਾਗ ਦਾ ਜਿਹੜਾ ਸ਼ਬਦ ਹੈ, 17ਵੀਂ ਅਸ਼ਪਦੀ ਹੈ ਸ੍ਰੀ ਰਾਗ ਦੀ, ਮੁਕਾਮ ਕਰ ਬੈਸਨਾ ਦੇ ਚਲਨੇ ਕੀ, ਤੋਂ ਕੋਪਰਨਿਕਸ ਦੇ ਪ੍ਰਤੀ ਉਚਾਰਨ ਕੀਤਾ। ਅਤੇ ਮਾਰਟਨ ਲੂਥਰ ਕਿੰਗ ਨਾਲ ਜਦੋਂ ਰੋਮ ਜਾਂਦੇ ਨੇ ਤਾਂ ਐਡਰੈਸ ਕਰਦੇ ਨੇ ਉੱਥੋਂ ਦੀ ਸੰਗਤ ਨੂੰ, ਔਰ ਉਸ ਵੇਲੇ ਇੱਕ ਕਾਰਡੀਨਲ ਹੈ ਐਲਬੀਰਾ ਫਰਾਸਕੋ। ਇਹ ਸਾਰੀ ਸੰਗਤ ਸੁਣਦੀ ਹੈ, ਪੋਪ ਬਹੁਤ ਪ੍ਰਭਾਵਿਤ ਹੁੰਦਾ। ਗੁਰੂ ਪਾਤਸ਼ਾਹ ਰੋਮ ਤੋਂ ਵਾਪਸ ਜਾਂਦੇ ਨੇ ਤਾਂ ਉਹਨਾਂ ਨੂੰ ਸਮੁੰਦਰੀ ਜਹਾਜ਼ ਤੱਕ ਛੱਡਣ ਵੀ ਜਾਂਦਾ, ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੁਸੀਂ ਇਹ ਕਰਦੇ ਕੀ ਹੋ। ਉਹ ਕਰਦੇ ਕਿਉਂ ਨੇ ਕਿ ਜਿੰਨੇ ਕ੍ਰਿਸਚੀਅਨ ਵਰਲਡ ਦੇ ਵੱਡੇ ਵੱਡੇ ਬਾਦਸ਼ਾਹ ਨੇ ਉਹਨਾਂ ਦੇ ਪ੍ਰਤੀ ਪੋਪ ਨੇ ਇੱਕ ਬੁੱਲ ਦਿੱਤਾ। ਬੁੱਲ ਸਮਝਦੇ ਹੋ, ਕ੍ਰਿਸਚੀਅਨ ਵਰਲਡ ਦੇ ਅੰਦਰ ਬੁੱਲ, ਜਿਵੇਂ ਸਾਡੇ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੁੰਦਾ, ਸ਼ੰਕਰਾਚਾਰਿਆ ਧਰਮ ਦੇ ਬਾਰੇ ਗੱਲ ਕਰਦੇ ਨੇ, ਖਲੀਫਾ ਇਸਲਾਮ ਦੇ ਬਾਰੇ ਗੱਲ ਕਰਦੇ ਨੇ, ਤਾਂ ਇਸੇ ਤਰ੍ਹਾਂ ਪੋਪ ਆਪਣੇ ਕ੍ਰਿਸਚੀਅਨ ਵਰਲਡ ਵਾਸਤੇ ਬੁੱਲ ਦਿੰਦਾ। ਉਹਨੂੰ ਬੁੱਲ ਕਹਿੰਦੇ, ਜਿਹੜਾ ਉਹਦਾ ਆਰਡਰ ਹੈ, ਇੱਕ ਬੁੱਲ, BUL। ਹੁਣ ਉਹਨੇ ਜਦੋਂ ਇਹ ਕਿਹਾ ਕਿ ਤੁਸੀਂ ਪੂਰੇ ਵਰਲਡ ਵਿੱਚ ਘੁੰਮੋ, ਲੋਕਾਂ ਨੂੰ ਕ੍ਰਿਸਚੀਅਨ ਬਣਾਓ, ਜਿਹੜੇ ਨਹੀਂ ਬਣਦੇ ਉਹਨਾਂ ਸਾਰਿਆਂ ਨੂੰ ਸਲੇਵ ਬਣਾ ਕੇ ਅਤੇ ਵੇਚੋ। ਇਹ ਸਲੇਵ ਟ੍ਰੇਡ ਵਾਸ ਬਿਕਾਜ਼ ਆਫ ਪੋਪਸ ਬੁੱਲ। ਅਤੇ ਗੁਰੂ ਪਾਤਸ਼ਾਹ ਨੇ ਜਦੋਂ ਉਹਨਾਂ ਨੂੰ ਮੂਰਖਤਾ ਦਾ ਵਾਸਤਾ ਪਾਇਆ ਕਿ ਸਾਰੇ ਰੱਬ ਦੇ ਬੰਦੇ ਨੇ, ਹੁਣ ਅਸੀਂ ਕਹਿੰਦੇ ਸਭੇ ਜੀ ਸੰਭਾਲ, ਆਪਣੀ ਮਿਹਰ ਕਰ, ਅਤੇ ਕੀ ਗੁਰੂ ਨਾਨਕ ਦਾ ਦਰਦ ਉਹਨਾਂ ਸਾਰਿਆਂ ਵਾਸਤੇ ਨਹੀਂ ਹੋਏਗਾ, ਸਾਰੀ ਮਨੁੱਖਤਾ ਵਾਸਤੇ ਨਹੀਂ ਹੋਏਗਾ। ਅਤੇ ਇੰਨਾ ਟੱਚਿੰਗ ਉਸ ਵੇਲੇ ਕਹਿੰਦੇ ਨੇ ਗੁਰੂ ਪਾਤਸ਼ਾਹ ਦਾ ਉਹ ਸਾਰਿਆਂ ਦੇ ਅੱਗੇ ਐਡਰੈਸ ਸੀ, ਤਾਂ ਉਹ ਜਿਹੜਾ ਐਲਵੇਰਾ ਕਾਰਡੀਨਲ ਸੀ ਉਹ ਹਿੱਲ ਗਿਆ ਉਧਰੋਂ। ਪੋਪ 'ਤੇ ਕੋਈ ਅਸਰ ਨਹੀਂ ਹੋਇਆ। 1537 ਦੇ ਅੰਦਰ ਐਲਬਿਰਾ ਜਾ ਕੇ ਫਿਰ ਪੋਪ ਬਣਦਾ, ਅਤੇ ਉਹ ਇਸ ਬੁੱਲ ਨੂੰ ਵਾਪਸ ਲੈਂਦਾ। ਕੀ ਕਹਿ ਕੇ ਕਿ ਇਹ ਸਾਰੇ ਇਨਸਾਨ ਨੇ, ਇਹਨਾਂ ਨੂੰ ਵੀ ਗੁਰੂ ਨਾਨਕ ਦੀ ਗੱਲ ਉਹਦੇ ਹਿਰਦੇ ਵਿੱਚ ਲੱਗੀ ਹੈ। ਗੁਰੂ ਪਾਤਸ਼ਾਹ ਨੇ ਪਤਾ ਨਹੀਂ ਕਿਤਨੇ ਇਸਲਾਮਿਕ ਵਰਲਡ ਦੇ ਰਾਜਿਆਂ ਨੂੰ, ਹੁਣ ਅਲੈਗਜ਼ੈਂਡਰੀਆ ਦਾ ਰਾਜਾ,
ਗੁਰੂ ਪਾਤਸ਼ਾਹ ਤੋਂ ਵਿਛੋੜੇ ਦੇ ਵਿੱਚ ਕਹਿੰਦਾ ਇੱਥੋਂ ਜਾਓ ਨਾ। ਗੁਰੂ ਪਾਤਸ਼ਾਹ ਤਾਂ ਸਿਰਫ ਉਹਨਾਂ ਕਿਹਾ ਵੀ ਮੈਂ ਤਾਂ ਇੱਥੇ ਰਹਿਣ ਜੋਗਾ ਨਹੀਂ, ਮੈਂ ਤਾਂ ਹੋਰ ਪਤਾ ਨਹੀਂ ਮਨੁੱਖਤਾ ਕਿੱਥੇ ਕਿੱਥੇ ਜਾਣਾ, ਅੱਗੇ ਨਿਕਲ ਗਏ ਨੇ। ਤਾਂ 4 ਮਹੀਨਿਆਂ ਦੇ ਅੰਦਰ ਗੁਰੂ ਨਾਨਕ ਦੇ ਵਿਛੋੜੇ ਦੇ ਵਿਯੋਗ ਤੋਂ ਆਪਣੀ ਜਾਨ ਦੇ ਦਿੰਦਾ। ਸਾਨੂੰ ਤਾਂ ਪਤਾ ਹੀ ਨਹੀਂ ਕਿ ਅਸੀਂ ਮੱਕੇ ਮਦੀਨੇ ਦੀ ਸਾਖੀ ਸੁਣ ਲਈ, ਬਗਦਾਦ ਦੀ ਸਾਖੀ ਸੁਣ ਲਈ। ਲਗਭਗ 20 ਤੋਂ 25 ਅਜਿਹੀਆਂ ਥਾਵਾਂ ਨੇ ਯੂਰਪ, ਅਫਰੀਕਾ, ਵੈਸਟ ਏਸ਼ੀਆ, ਰਸ਼ੀਆ, ਚਾਈਨਾ ਦੇ ਅੰਦਰ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੀਆਂ ਜਗ੍ਹਾ ਥਾਵਾਂ ਅੱਜ ਹਿਸਟੋਰੀਕਲ ਇਵੀਡੈਂਟ ਸਾਨੂੰ ਮਿਲੇ ਨੇ। ਹੁਣ ਸਾਡੇ ਤੱਕ ਇਹ ਗੱਲਾਂ ਪਹੁੰਚੀਆਂ ਕਿਉਂ ਨਹੀਂ? ਮਾਰਟਨ ਲੂਥਰ ਕਿੰਗ, ਇੱਕ ਤਾਂ ਮਾਰਟਨ ਲੂਥਰ ਕਿੰਗ ਹੈ ਜਿਹੜਾ 1960 ਦੇ ਵਿੱਚ ਅਮੈਰੀਕਾ ਵਿੱਚ ਹੋਇਆ, ਹੀ ਇਜ਼ ਕਾਲਡ ਮਾਰਟਨ ਲੂਥਰ ਕਿੰਗ ਜੂਨੀਅਰ, ਅਤੇ ਜਰਮਨੀ ਵਾਲਾ ਜਿਹੜਾ ਹੋਇਆ ਉਹ 1500 ਗੁਰੂ ਨਾਨਕ ਪਾਤਸ਼ਾਹ ਦਾ ਕੰਟੈਂਪਰੇਰੀ ਹੈ ਜਿਹੜਾ ਉੱਥੇ ਹੋਇਆ ਜਰਮਨ ਦਾ। ਉਹਨੇ 2 ਕਿਤਾਬਾਂ ਲਿਖੀਆਂ, ਇੱਕ ਪਰਸ਼ਨ ਦੇ ਵਿੱਚ, ਇੱਕ ਜਰਮਨੀ ਦੇ ਅੰਦਰ, ਜਿਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਇਹ ਜਿਹੜਾ ਸਾਰਾ ਬਿਓਰਾ ਹੈ ਉਹ ਮਿਲਦਾ। ਸਿਰਫ ਇੱਥੇ ਹੀ ਗੱਲ ਨਹੀਂ, ਕਈ ਉਸ ਵੇਲੇ ਦੇ ਮਰਚੈਂਟ ਟਰੈਵਲਰਸ ਨੇ ਟ੍ਰੇਡ ਦੇ ਰੂਪ ਵਿੱਚ ਕਈ ਥਾਵਾਂ 'ਤੇ ਜਾਂਦੇ ਨੇ। ਉਹਨਾਂ ਵਿੱਚ ਇੱਕ ਯੂਰਪੀਅਨ ਟਰੈਵਲਰ ਗੁਰੂ ਨਾਨਕ ਸਾਹਿਬ ਨੂੰ ਹਰਿਦੁਆਰ ਵੀ ਮਿਲਿਆ, ਉਹ ਯੂਰਪ ਦੇ ਅੰਦਰ ਉਹਨੇ ਉਹਦਾ ਪੂਰਾ ਵੇਰਵਾ ਦਿੱਤਾ। ਗੁਰੂ ਪਾਤਸ਼ਾਹ ਐਵੇਂ ਨਹੀਂ ਆਖਿਆ, ਜਗਤ ਗੁਰੂ ਬਾਬਾ, ਇਹ ਗੁਰੂ ਬਾਬਾ ਜਗਤ ਦੈ, ਇਹਨੇ ਸਿਰਫ ਸਰਬਤ ਦੇ ਭਲੇ ਦੀ ਅਰਦਾਸ ਹੀ ਨਹੀਂ ਕੀਤੀ, ਆਪ ਤੁਰ ਪਿਆ ਸਰਬਤ ਦੇ ਭਲੇ ਦੇ ਲਈ, ਥਾਂ ਥਾਂ 'ਤੇ ਜਾਣ ਦੇ ਲਈ। ਹੁਣ ਅਨ ਪਾਣੀ ਮੁੱਚ ਉਪਾਏ ਦੁੱਖ ਦਲੰਦ ਭੰਨ ਧਰ, ਸਭ ਤੋਂ ਵੱਡੀ ਗੱਲ ਤਾਂ ਸਾਰਿਆਂ ਤੋਂ ਵੱਡਾ ਦੁੱਖ ਕਿਸ ਗੱਲ ਦਾ ਹੈ? ਭੁੱਖ ਦਾ। ਅਤੇ ਅਨ ਪੈਦਾ ਕਿਵੇਂ ਹੋਏਗਾ? ਮਿਹਨਤ ਕਰਨੀ ਹੋਏਗੀ। ਕਿ ਸਾਨੂੰ ਪਤਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਦੇ 18 ਸਾਲ ਸਾਰੀਆਂ ਉਦਾਸੀਆਂ ਕਰ ਲਈਆਂ। ਬਚਪਨ ਆਪਣਾ ਨਨਕਾਣਾ, ਜਿਹਨੂੰ ਅੱਜ ਨਨਕਾਣਾ ਕਹਿੰਦੇ ਹਾਂ, ਰਾਏ ਭੋਇੰ ਦੀ ਤਲਵੰਡੀ, ਇਸ ਥਾਂ 'ਤੇ ਗੁਜ਼ਾਰੇ। 14 ਸਾਲ ਸੁਲਤਾਨਪੁਰ ਲੋਧੀ ਦੇ ਵਿੱਚ ਗੁਜ਼ਾਰੇ ਨੇ, ਪਿਛਲੇ 18 ਸਾਲ ਕਰਤਾਰਪੁਰ। ਉਹ ਜਾਣਦੇ ਹੋ ਉੱਥੇ ਕੀ ਵੱਡੀ ਗੱਲ? ਅੱਜ ਵੀ ਉਹ ਗੁਰੂ ਨਾਨਕ ਦੇ ਖੇਤ ਮੌਜੂਦ ਨੇ, ਜਿਹੜੇ ਅੱਜ ਕਰਤਾਰਪੁਰ ਦਰਸ਼ਨ ਕਰਨ ਜਾਂਦੇ ਨੇ, ਜਿੱਥੇ ਗੁਰਦੁਆਰਾ ਸਾਹਿਬ ਹੈ, ਅਤੇ ਗੁਰੂ ਨਾਨਕ ਸਾਹਿਬ ਦੇ ਖੇਤ ਅੱਜ ਵੀ ਮੌਜੂਦ ਨੇ। ਔਰ ਅਜਿੱਤਾ ਰੰਧਾਵਾ, ਨਾਂ ਸੁਣਿਆ ਹੋਏਗਾ ਅਜਿੱਤਾ ਰੰਧਾਵਾ, ਕਰਤਾਰਪੁਰ ਉਹਦੀ ਜਗ੍ਹਾ ਸੀ। ਔਰ ਬਹੁਤ ਸਾਰਾ ਜਿਹੜਾ ਪਸ਼ੂ ਪਾਲਣ ਹੈ ਉਸ ਥਾਂ 'ਤੇ ਹੋਇਆ, ਦੁੱਧ ਦਾ
ਬਹੁਤ ਵੱਡਾ ਕੰਮ ਹੋਇਆ। ਗੁਰੂ ਨਾਨਕ ਆਪ, ਅਸੀਂ ਜਦੋਂ ਗੱਲ ਕਰਦੇ ਹਾਂ ਨਾ, ਇੱਕ ਵਾਰੀ ਪਿਛਲੀ ਵਾਰੀ ਇਸ ਗੱਲ ਦਾ ਜ਼ਿਕਰ ਵੀ ਹੋਇਆ ਸੀ, ਆਮ ਅਸੀਂ ਅਣਜਾਣੇ ਦੇ ਵਿੱਚ ਗੱਲ ਕਰ ਜਾਂਦੇ ਹਾਂ ਕਿ ਗੁਰੂ ਪਾਤਸ਼ਾਹ ਨੇ ਸੱਚਾ ਸੌਦਾ ਕੀਤਾ ਅਤੇ ਉਹ 20 ਰੁਪਏ ਦਾ ਲੰਗਰ ਅੱਜ ਵੀ ਚੱਲ ਰਿਹਾ। ਅਸਲ ਵਿੱਚ ਸਰ ਇੱਕ ਸਰਦਾਰ ਮਾਨ ਸਿੰਘ ਹੋਏ ਨੇ, ਮਾਨ ਸਰੋਵਰ ਵੀਕਲੀ ਅਖਬਾਰ ਕੱਢਦੇ ਸਨ ਆਪਣੇ ਟਾਈਮ ਦੇ ਅੰਦਰ। 47 ਤੋਂ ਬਾਅਦ ਉਹ ਹਿਸਟੋਰੀਕਲ ਕਾਨਫਰੰਸ ਕਰਕੇ ਹਿਸਟੋਰੀਕਲੀ ਚੀਜ਼ਾਂ ਨੂੰ ਐਨਾਲਾਈਜ਼ ਕਰਵਾਉਂਦੇ ਸਨ। ਉਹਨਾਂ ਦੀ ਇੱਕ ਪੁਸਤਕ ਹੈ ਬਾਬੇ ਤਾਰੇ ਚਾਰ ਚੱਕ, ਜਿਸ ਵਿੱਚ ਉਹਨਾਂ ਨੇ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਕੁਐਸਚਨ ਮਾਰਕ ਕੀਤਾ ਅਤੇ ਇਹ ਗੱਲ ਆਖੀ ਹੈ ਕਿ ਲੰਗਰ ਦੀ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਤੋਂ ਸ਼ੁਰੂ ਕੀਤੀ ਹੈ। ਆਪ ਆਪਣੇ ਹੱਥੀਂ ਖੇਤੀ ਕੀਤੀ ਹੈ ਅਤੇ ਪਸ਼ੂ ਪਾਲਣ ਕੀਤਾ, ਮੱਝਾਂ ਪਾਲੀਆਂ ਨੇ ਅਤੇ ਆਏ ਗਏ ਦੀ ਸੇਵਾ ਇਉਂ ਹੋਈ ਹੈ। ਕਰੋਨਾ ਹੋਇਆ ਸੀ ਪਿੱਛੇ, ਸਾਰੇ ਆਪਣੇ ਘਰਾਂ ਦੇ ਵਿੱਚ ਬੰਦ ਹੋ ਗਏ ਸਨ, ਪਰ ਗੁਰੂ ਨਾਨਕ ਦੀ ਜਿਹਨਾਂ ਨੇ ਗੁਰੂ ਨਾਨਕ ਨਾਮ ਲੇਵਾ ਸਿੱਖੀ, ਉਹਨਾਂ ਸਾਰਿਆਂ ਨੇ ਲੱਕ ਬੰਨ੍ਹ ਲਿਆ, ਭਾਵੇਂ ਮੂੰਹ 'ਤੇ ਮਾਸਕ ਪਾ ਲਿਆ, ਲੰਗਰ ਤਿਆਰ ਕੀਤੇ। ਹੁਣ ਇਕੱਠੇ ਨਹੀਂ ਹੋ ਸਕਦੇ, ਪਰ ਬੰਗਲਾ ਸਾਹਿਬ ਤੋਂ ਲੰਗਰ ਜਾ ਰਿਹਾ, ਔਰ ਘਰਾਂ ਦੇ ਵਿੱਚ ਬਜ਼ੁਰਗ ਨੇ, ਕੋਈ ਲੈਣ ਵਾਲਾ ਨਹੀਂ, ਕੋਈ ਉਹਨਾਂ ਦੀ ਸੇਵਾ ਸੰਭਾਲ ਕਰਨ ਵਾਲਾ ਨਹੀਂ, ਅਤੇ ਉਹਨਾਂ ਦੇ ਘਰੋ ਘਰ ਹੀ ਲੰਗਰ ਪਹੁੰਚ ਰਿਹਾ। ਸਿਰਫ ਇਹ ਦਿੱਲੀ ਵਿੱਚ ਨਹੀਂ ਜੇ ਹੋਇਆ, ਪੰਜਾਬ ਵਿੱਚ ਵੀ ਹੋਇਆ, ਵਰਲਡ ਓਵਰ ਹੋਇਆ ਜੇ। ਔਰ ਖਾਲਸਾ ਏਡ ਵਾਲੇ ਜਿੱਥੇ ਕਿਧਰੇ ਕੋਈ ਭੂਚਾਲ ਆ ਜਾਏ, ਅਰਥਕਵੇਕ, ਕੋਈ ਤ੍ਰਾਸਦੀ ਹੋ ਜਾਏ, ਕਿਸੇ ਥਾਂ ਦੇ ਉੱਤੇ ਕੋਈ ਰਾਇਟਸ ਹੋ ਜਾਣ, ਤਾਂ ਇਹ ਖਾਲਸਾ ਏਡ ਵਾਲੇ ਪਹੁੰਚ ਜਾਂਦੇ ਹਨ। ਅੱਜ ਪੂਰਾ ਵਰਲਡ ਕਹਿ ਰਿਹਾ ਹੈ ਸਿੱਖ ਕਿਹੜੀ ਮਿੱਟੀ ਦੇ ਬਣੇ ਹੋਏ ਨੇ, ਇਹਨਾਂ ਦੇ ਅੰਦਰ ਐਸੀ ਕਿਹੜੀ ਚਿੱਪ ਹੈ ਕਿ ਇਹ ਹਮੇਸ਼ਾ ਸਰਬਤ ਦੇ ਭਲੇ ਦੀ ਗੱਲ ਕਰਦੇ ਨੇ। ਕਿਉਂਕਿ ਅਰਦਾਸ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ, ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ। ਹੁਣ ਜਦੋਂ ਸ਼ਬਦ ਦੀ ਕਮਾਈ ਕਰਦੇ ਹੋ, ਜਗਤ ਚਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ, ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਡਾਕਟਰ ਹਰਿਭਜਨ ਸਿੰਘ ਦਿੱਲੀ ਯੂਨੀਵਰਸਿਟੀ ਦੇ ਹੈੱਡ ਆਫ ਦੀ ਡਿਪਾਰਟਮੈਂਟ ਪੰਜਾਬੀ ਦੇ ਹੋਏ ਨੇ, ਬਿਮਾਰ ਸਨ, ਘਰ ਕੋਈ ਮਿਲਣ ਆਇਆ, ਕਹਿਣ ਲੱਗਾ ਡਾਕਟਰ ਸਾਹਿਬ ਬਿਮਾਰ, ਪਰਮਾਤਮਾ ਆਪ ਨੂੰ ਸੁਖ ਰੱਖੇ, ਛੇਤੀ ਛੇਤੀ ਤੁਹਾਡਾ ਤੁਸੀਂ ਆਪਣਾ ਤੰਦਰੁਸਤੀ ਤੁਹਾਨੂੰ ਆਏ, ਤੁਹਾਨੂੰ ਸਿਹਤਯਾਬੀ ਮਿਲੇ, ਵਾਹਿਗੁਰੂ ਵਾਹਿਗੁਰੂ ਆਖੋ। ਕਹਿੰਦੇ ਜੀ ਰਾਮ ਰਾਮ, ਅੱਲਾ ਅੱਲਾ, ਹਰੀ ਹਰੀ, ਗੋਪਾਲ ਗੋਪਾਲ। ਕਹਿਣ ਲੱਗੇ ਸਿੱਖੋ ਕਿ ਤੁਸੀਂ ਇਹ ਬੋਲਦੇ ਹੋ,
ਕਹਿੰਦਾ ਗੁਰੂ ਗ੍ਰੰਥ ਸਾਹਿਬ ਪੜ੍ਹੋ, ਕਿਹੜੇ ਕਿਹੜੇ ਨਾਂ ਨੇ ਗੁਰੂ ਅਕਾਲ ਪੁਰਖ ਦੇ। ਜਦੋਂ ਅਸੀਂ ਕਹਿੰਦੇ ਹਾਂ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤੇ ਲਿਓ ਬਾਹਰ, ਕੋਈ ਤੈਨੂੰ ਅੱਲਾ ਕਹਿ ਕੇ ਯਾਦ ਕਰ ਰਿਹਾ, ਕੋਈ ਤੈਨੂੰ ਰਾਮ ਕਹਿ ਕੇ ਯਾਦ ਕਰ ਰਿਹਾ, ਕੋਈ ਤੈਨੂੰ ਰਹੀਮ ਕਰਕੇ ਯਾਦ ਕਰ ਰਿਹਾ, ਜਿਹੜਾ ਵੀ ਕਹਿ ਰਿਹਾ ਤੈਨੂੰ ਯਾਦ ਕਰ ਰਿਹਾ, ਦਾਤਾ ਉਸਦੀ ਅਰਦਾਸ ਸੁਣ ਲਈ। ਅਤੇ ਸਾਡੇ ਵਿੱਚ ਕਿਉਂ ਵਿਤਕਰਾ? ਵਿਤਕਰਾ ਕਿਸ ਚੀਜ਼ ਦਾ? ਅਸੀਂ ਕਿਉਂ ਵਿਤਕਰਾ ਕਰੀਏ? ਵਿਤਕਰਾ ਤਾਂ ਉਹ ਕਰੇ ਜਿਸ ਦੇ ਮਨ ਵਿੱਚ ਆਪਣਾ ਅਤੇ ਪਰਾਏ ਦਾ ਫਰਕ ਹੋਵੇ। ਇੱਥੇ ਤਾਂ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ। ਹੁਣ ਮੇਰਾ ਹੈ ਕੀ ਇਹ ਸਰੀਰ ਮੇਰਾ? ਅਸੀਂ ਕਹਿੰਦੇ ਜੀ ਸਾਲ ਚੱਲਦਾ, ਮੈਂ ਸਾਲ ਅੰਦਰ ਲਿਆ ਸਾਹ ਬਾਹਰ ਗਿਆ। ਐਟ ਏ ਟਾਈਮ 500 ml ਸਾਹ ਇੱਕ ਸਾਹ ਦੇ ਵਿੱਚ ਹਵਾ ਅੰਦਰ ਜਾਂਦੀ ਹੈ ਅਤੇ 500 ml ਬਾਹਰ ਆ ਜਾਂਦੀ ਹੈ। ਜਿਹੜੀ ਸਾਹ ਮੈਂ ਲਿਆ ਉਹ ਬਾਹਰ ਪਹੁੰਚਿਆ, ਸ਼ਾਇਦ ਉਹ ਤੁਹਾਡੇ ਕੋਲ ਪਹੁੰਚ ਗਿਆ, ਤੁਹਾਡਾ ਨਿਕਲਿਆ ਸਾਹ ਮੇਰੇ ਕੋਲ ਆ ਗਿਆ। ਪਾਣੀ ਮੈਂ ਪੀ ਰਿਹਾ, ਪਾਣੀ ਕੱਢ ਰਿਹਾ ਪਸੀਨੇ ਦੇ ਰੂਪ ਵਿੱਚ, ਪਖਾਨੇ ਦੇ ਰੂਪ ਵਿੱਚ, ਪੇਸ਼ਾਬ ਦੇ ਰੂਪ ਵਿੱਚ। ਧਰਤੀ ਅਜਿਹੀ ਮਾਤਾ ਹੈ, ਇਹ ਸਾਰੇ ਪਾਣੀ ਨੂੰ ਜ਼ਜ਼ਬ ਕਰਕੇ ਉਹਦਾ ਮਲ ਅਲੱਗ ਕਰਕੇ ਫਿਰ ਉਹ ਪਾਣੀ ਦੁਬਾਰਾ ਫਿਰ ਨਦੀਆਂ ਨਾਲੀਆਂ ਵਿੱਚ ਜਾ ਕੇ ਸਾਫ਼ ਹੋ ਕੇ ਸਮੁੰਦਰ ਆ ਕੇ ਉੱਤੋਂ ਬਾਰਿਸ਼ ਹੋ ਕਰਕੇ ਫਿਰ ਆ ਜਾਂਦਾ, ਫਿਰ ਨਦੀ ਨਾਲੀਆਂ ਸਾਡੇ ਕੋਲ ਪਹੁੰਚ ਜਾਂਦਾ। ਸਾਡਾ ਹੈ ਕਿ ਹੱਡੀਆਂ ਸਾਡੀਆਂ ਨੇ? ਅੱਜ ਦੀ ਸਾਇੰਸ ਦੱਸਦੀ ਜੇ ਹੱਡੀ ਦੇ ਅੰਦਰ ਕੈਲਸ਼ੀਅਮ ਹੈ, ਕੈਲਸ਼ੀਅਮ ਡਿਪੋਜ਼ਿਟ ਕਿਹਦੇ ਉੱਤੇ ਹੈ? ਅੰਦਰ ਛੋਟੀਆਂ ਛੋਟੀਆਂ ਕੈਪਲਰੀਜ਼ ਨੇ, ਉਹਦੇ ਆਸ ਪਾਸ ਕੈਲਸ਼ੀਅਮ ਡਿਪੋਜ਼ਿਟਿਡ ਹੈ। ਉਹ ਕੈਲਸ਼ੀਅਮ ਲਗਾਤਾਰ ਖੂਨ ਵਿੱਚ ਜਾਂਦਾ, ਪੁਰਾਣਾ ਕੈਲਸ਼ੀਅਮ ਨਿਕਲਦਾ ਜਾਂਦਾ, ਨਵਾਂ ਕੈਲਸ਼ੀਅਮ ਆਉਂਦਾ ਜਾਂਦਾ। ਸਾਡੀ ਸਕਿਨ ਹਰ ਵੇਲੇ ਉਤਰਦੀ ਹੈ, ਥੱਲੋਂ ਨਵੀਂ ਆ ਰਹੀ ਹੈ, ਬਾਹਰਲੀ ਨਿਕਲਦੀ ਜਾ ਰਹੀ ਹੈ, ਸਾਨੂੰ ਨਹੀਂ ਪਤਾ ਕਿੱਥੇ ਜਾਂਦੀ ਹੈ। ਅਤੇ ਅਸੀਂ ਕਹਿੰਦੇ ਹਾਂ ਇਹ ਸਰੀਰ ਮੇਰਾ ਹੈ, ਹੱਥ ਮੇਰਾ ਹੈ, ਬੱਚਾ ਮੇਰਾ। ਸਾਡਾ ਹੈ ਕਿ ਅਸੀਂ ਤਾਂ ਇਨਵਾਇਰਮੈਂਟ ਅਤੇ ਸਾਡੇ ਦੇ ਵਿੱਚ ਇੱਕ ਲਗਾਤਾਰ ਘੁੰਮਣ ਕੇਰੀ ਹੈ, ਪਦਾਰਥ ਸਾਡੇ ਅੰਦਰ ਘੁੰਮ ਰਹੇ ਨੇ। ਜਿਵੇਂ ਪੂਰੀ ਧਰਤੀ ਦੇ ਵਿੱਚ ਪਾਣੀ, ਹਵਾ, ਮਿੱਟੀ, ਹਰ ਕੁਛ ਘੁੰਮ ਰਿਹਾ, ਇਵੇਂ ਸਾਡੇ ਸਰੀਰ ਵਿੱਚ ਸਭ ਕੁਝ ਘੁੰਮ ਰਿਹਾ। ਸਾਡਾ ਹੈ ਕੀ? ਸਾਡਾ ਕੁਝ ਹੈ ਹੀ ਨਹੀਂ, ਉਸ ਪਰਮਾਤਮਾ ਦੇ ਆਸਰੇ ਹੈ। ਐਵੇਂ ਅਸੀਂ ਆਪਣੀ ਹੋਮੇ ਦੇ ਸਿਰ 'ਤੇ ਖਾਈ ਜਾਂਦੇ ਹਾਂ, ਇਹ ਮੇਰਾ, ਇਹ ਮੇਰਾ, ਇਹ ਮੇਰਾ। ਉਹ ਖਿਆਲ ਵੀ ਮੇਰੇ ਨਹੀਂ, ਕਿਉਂਕਿ ਮਨ ਮੇਰਾ ਨਹੀਂ। ਮਨ ਪੈਦਾ ਕਿੰਨੇ ਕੀਤਾ? ਇਹ ਮਨ ਵੀ ਤੇਰਾ, ਤਨ ਵੀ ਤੇਰਾ। ਅਤੇ ਮੇਰਾ ਜਦ ਕੁਝ ਹੈ ਹੀ ਨਹੀਂ ਤਾਂ ਮੈਂ ਸਾਰਿਆਂ ਦੀ ਸਰਵਿਸ ਵਿੱਚ ਕਿਉਂ ਨਾ ਲੱਗਾ? ਜਿਤਨੇ ਜੀ ਨੇ ਉਹਨਾਂ ਦੀ ਸੇਵਾ ਦੇ ਵਿੱਚ ਕਿਉਂ ਨਾ ਜਾਵਾਂ? ਅਤੇ ਹੋ ਸਭਨਾ ਕੀ ਰੇਣਕਾ ਆਓ ਹਮਾਰੇ ਪਾਸ। ਰੇਣਕਾ ਕੀ ਹੈ? ਮਿੱਟੀ ਦਾ ਛੋਟੇ ਤੋਂ ਛੋਟਾ ਕੰਨ, ਮਿੱਟੀ ਦਾ ਛੋਟਾ ਕੰਨ ਹੋਏਗਾ।
ਕਿਸੇ ਦੇ ਪੈਰਾਂ ਦੀ ਖਾਕ ਹੋਵੇ। ਭਾਈ ਨੰਦ ਲਾਲ ਜੀ ਨੇ ਕਿਹਾ ਨਾ, ਗੁਰੂ ਗੋਬਿੰਦ ਸਿੰਘ ਜੀ ਪਾਸ ਜਦੋਂ ਗੁਰੂ ਗੋਬਿੰਦ ਸਿੰਘ ਜੀ ਬੜੇ ਤਰੁੱਠ ਕੇ ਪੁੱਛਿਆ, ਭਾਈ ਨੰਦ ਲਾਲ ਜੀ ਅੱਜ ਤੁਹਾਡੇ 'ਤੇ ਬੜੀ ਖੁਸ਼ੀ ਹੈ, ਮੰਗੋ ਜੋ ਮੰਗਣਾ। ਕਹਿੰਦੇ ਦੱਸਦਾ ਕੁਝ ਨਹੀਂ ਮੰਗਣਾ। ਕਹਿੰਦੇ ਨਹੀਂ, ਅੱਜ ਤੁਹਾਡੇ 'ਤੇ ਬੜੀ ਖੁਸ਼ੀ ਹੈ, ਮੰਗਣਾ ਕੁਛ ਮੰਗੋ। ਕਹਿਣ ਲੱਗੇ ਜਦੋਂ ਮੰਗਣਾ ਸੀ ਉਦੋਂ ਤਾਂ ਆਪ ਜੀ ਨੇ ਪੁੱਛਿਆ ਨਹੀਂ, ਜਦੋਂ ਮਨ ਵਿੱਚ ਚਾਹ ਸੀ ਕੁਛ ਮੰਗਾਂ, ਪਰ ਉਦੋਂ ਤਾਂ ਤੁਸੀਂ ਮੇਰੇ ਵੱਲ ਨਜ਼ਰ ਨਹੀਂ ਕੀਤੀ। ਅੱਜ ਹੁਣ ਜਦ ਸਭ ਕੁਝ ਮਿਲ ਗਿਆ ਤਾਂ ਕਹਿੰਦੇ ਹੋ ਮੰਗ। ਕਹਿਣ ਲੱਗੇ ਨਹੀਂ, ਮੇਰੀ ਬੜੀ ਖੁਸ਼ੀ ਹੋਏਗੀ ਤੂੰ ਮੰਗੇਗਾ ਤਾਂ ਕੁਛ। ਤਾਂ ਕਹਿੰਦੇ ਨੇ ਭਾਈ ਨੰਦ ਲਾਲ ਜੀ ਨੇ ਕੀ ਮੰਗਿਆ, ਦਾਤਾ ਜਿਹੜੀਆਂ ਥਾਵਾਂ ਤੋਂ ਤੇਰੇ ਦਰਸ਼ਨਾਂ ਨੂੰ ਸੰਗਤਾਂ ਆਉਂਦੀਆਂ ਨਾ, ਮੈਨੂੰ ਉਸ ਜਿਹੜੇ ਥਾਵਾਂ ਤੋਂ ਲੰਘ ਕੇ ਸੰਗਤਾਂ ਤੁਰਦੀਆਂ ਨੇ, ਮੈਨੂੰ ਉਹਨਾਂ ਦੀ ਚਰਨ ਧੂੜ ਬਖਸ਼ ਲੈ। ਅਸੀਂ ਜਦੋਂ ਗੁਰਦੁਆਰੇ ਜਾਂਦੇ ਹਾਂ ਅਤੇ ਦਹਿਲੀਜ਼ 'ਤੇ ਹੱਥ ਰੱਖ ਕੇ ਅਤੇ ਚਰਨ ਧੂੜ ਮੱਥੇ 'ਤੇ ਲਗਾਉਂਦੇ ਹਾਂ, ਦਾਤਾ ਕੁਰਬਾਨ ਆ ਉਸ ਸੰਗਤ ਤੋਂ ਜਿਹੜੀ ਤੇਰੇ ਦਰ 'ਤੇ ਆਈ ਹੈ, ਜਿਹੜੇ ਤੇਰੇ ਦਰਸ਼ਨਾਂ ਨੂੰ ਆਈ ਹੈ। ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਪੂਰਨੇ ਪਾਏ, ਉਹਨਾਂ 'ਤੇ ਬਾਬਰ ਵਰਗਿਆਂ ਨੂੰ ਸਿੱਧਾ ਕਰ ਦਿੱਤਾ। ਉਹਨੂੰ ਜਾਬਰ ਆਖ ਕੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿ ਬਾਬਰ ਦੇ ਅੱਗੇ ਖਲੋ ਜਾਏ। ਕਿ ਉਹਨੇ ਜਦੋਂ ਅਟੈਕ ਸ਼ੁਰੂ ਕੀਤੇ ਨੇ ਹਿੰਦੁਸਤਾਨ ਦੇ ਉੱਤੇ 1521-23-26 ਨੂੰ ਪਾਣੀਪਤ ਦੀ ਲੜਾਈ ਆਈ, 1521 ਸਿਆਲਕੋਟ ਦੇ ਅੰਦਰ ਆਇਆ, ਪਸਰੂਰ ਦੇ ਅੰਦਰ, ਅਤੇ ਇਹਨਾਂ ਥਾਵਾਂ ਦੇ ਉੱਤੇ ਜੋ ਕੁਝ ਦੇਖਿਆ, ਅਤੇ ਗੁਰੂ ਪਾਤਸ਼ਾਹ ਕਿਹਦਾ ਧਿਆਨ ਧਰ ਰਹੇ ਨੇ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਧਾਇਆ, ਚੋਰੀ ਮੰਗੇ ਦਾਨ ਵੇ ਲਾਲੋ। 7 ਵਾਰੀ ਲਾਲੋ ਦੀ ਗੱਲ ਕੀਤੀ ਗਈ ਹੈ। ਲਾਲੋ ਕੌਣ ਹੈ? ਹੁਣ ਸਾਰੇ ਜਦੋਂ ਭਾਈ ਲਾਲੋ ਇੱਕ ਛੋਟਾ ਜਿਹਾ ਤਰਖਾਨ ਹੈ, ਲੱਕੜਾਂ ਨੂੰ ਤਿਆਰ ਕਰਦਾ ਹੈ, ਔਜ਼ਾਰ ਬਣਾਉਂਦਾ ਹੈ, ਅਤੇ ਜਦੋਂ ਲੰਘਦਾ ਕੋਈ ਵੀ ਆਉਂਦਾ ਓਏ ਲਾਲੋ, ਓਏ ਲਾਲੋ ਕਰਦਾ, ਪਰ ਗੁਰੂ ਪਾਤਸ਼ਾਹ ਉਹਦੇ ਦੁਆਰੇ ਆਉਂਦੇ ਨੇ ਅਤੇ ਬੜੇ ਪਿਆਰ ਨਾਲ ਕਹਿੰਦੇ ਨੇ ਭਾਈ ਲਾਲੋ ਜੀ। ਹੈਰਾਨ ਹੋ ਜਾਂਦਾ ਕਿ ਮੈਨੂੰ ਆਪਣਾ ਭਰਾ ਕੌਣ ਬੁਲਾ ਰਿਹਾ ਹੈ? ਅਤੇ ਬਾਣੀ ਦੇ ਅੰਦਰ ਕਿਸੇ ਸਿੱਖ ਦਾ ਨਾਂ ਆਇਆ ਬਾਣੀ ਦੇ ਅੰਦਰ ਤਾਂ ਭਾਈ ਲਾਲੋ ਦਾ, ਗੁਰੂ ਨਾਨਕ ਸਾਹਿਬ। ਭਾਈ ਮਰਦਾਨੇ ਦਾ ਵੀ ਸਲੋਕ ਮਰਦਾਨਾ ਹੈ, ਪਰ ਮਰਦਾਨੇ ਦਾ ਨਾਂ ਅੰਦਰ ਨਹੀਂ ਆਉਂਦਾ ਸ਼ਬਦ ਦੇ ਅੰਦਰ। ਭਾਈ ਲਾਲੋ ਦਾ ਨਾਂ 7 ਵਾਰੀ ਇਸ ਬਾਬਰ ਬਾਣੀ ਦੇ ਸ਼ਬਦਾਂ ਦੇ ਵਿੱਚ ਆਉਂਦਾ ਹੈ। ਇਹ ਕੀ ਰਿਪ੍ਰਜੈਂਟ ਕਰਦਾ ਹੈ? ਗੁਰੂ ਪਾਤਸ਼ਾਹ ਸਾਰੀ ਮਨੁੱਖਤਾ ਦੇ ਲਈ ਜਿਹਦੇ ਉੱਤੇ ਇੰਨਾ ਜ਼ੁਲਮ ਹੋਇਆ, ਉਸ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ। ਉਹ ਸਿਰਫ ਆਵਾਜ਼ ਹੀ ਬੁਲੰਦ ਨਹੀਂ ਕੀਤੀ,
ਆਪਣੇ ਜੀਵਨ ਦੇ ਅੰਦਰ ਬਾਬਰ ਦੀ ਜੇਲ੍ਹ ਦੇ ਵਿੱਚ ਰਹਿ ਕਰਕੇ ਉਹ ਬਾਬਰ ਨੂੰ ਉਹ ਜਿਹਨੂੰ ਕਿਹਾ ਜਾਂਦਾ ਹੈਰਾਨ ਕੌਣ ਕਰ ਦਿੱਤਾ ਜਿਸ ਲਈ ਉਹ ਕਹਿੰਦਾ ਕਿ ਇੱਥੇ ਤਾਂ ਚੱਕੀਆਂ ਵੀ ਚੱਲ ਰਹੀਆਂ ਨੇ, ਸਾਰੇ ਪਰਮਾਤਮਾ ਦਾ ਨਾਂ ਲੈ ਰਹੇ ਨੇ, ਅਤੇ ਉਹ ਕਹਿੰਦਾ ਕਿ ਇਹ ਤਾਂ ਮੇਰੇ ਕੋਲੋਂ ਗਲਤੀ ਹੋ ਗਈ, ਕਿਸੇ ਫਕੀਰ ਨੂੰ ਮੈਂ ਅੰਦਰ ਕਰ ਲਿਆ, ਅਤੇ ਕਹਿੰਦਾ ਕਿ ਪੇਸ਼ ਕਰਦਾ ਗੁਰੂ ਪਾਤਸ਼ਾਹ ਦੇ ਅੱਗੇ, ਕਿਉਂਕਿ ਆਮ ਤੌਰ 'ਤੇ ਬਹੁਤ ਸਾਰੇ ਫਕੀਰ ਭੰਗ ਪੋਸਤ ਇਤਿਆਦ ਪੀਂਦੇ ਹੋਣਗੇ, ਗੁਰੂ ਪਾਤਸ਼ਾਹ ਦੇ ਸਾਹਮਣੇ ਕਹਿੰਦਾ, ਤਾਂ ਹੁਣ ਜਨਮ ਸਾਖੀਆਂ ਵਾਲੇ ਕਹਿੰਦੇ ਕਿ ਜਿਸ ਵੇਲੇ ਗੁਰੂ ਪਾਤਸ਼ਾਹ ਕੋਲੋਂ ਸ਼ਰਾਬ ਅਤੇ ਆਪਣਾ ਨਸ਼ੇ ਦਾ ਛੰਨਾ ਲੈ ਕੇ ਆਉਂਦਾ, ਅਤੇ ਗੁਰੂ ਪਾਤਸ਼ਾਹ ਤਾਂ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਅਤੇ ਨਾਲ ਗੁਰਬਾਣੀ ਨਹੀਂ ਜੇ, ਪਰ ਜਨਮ ਸਾਖੀਆਂ ਨੇ ਇਹ ਗੱਲ ਲਿਖੀ ਹੈ ਅਤੇ ਉਸ ਨੂੰ ਨਿਰੁੱਤਰ ਕਰ ਦਿੱਤਾ। ਅਤੇ ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੋ ਜਾਂਦੀ, ਹਰ ਬਾਦਸ਼ਾਹ ਦੇ ਅੱਗੇ ਪੂਰੀ ਮਨੁੱਖਤਾ ਵਾਸਤੇ ਪੂਰੀ ਮਨੁੱਖਤਾ ਦੇ ਦਰਦ ਨੂੰ ਸਾਹਮਣੇ ਰੱਖਦਿਆਂ ਹੋਇਆਂ ਜਿਹੜੀ ਗੱਲ ਕੀਤੀ ਜਾਂਦੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਕੀਤੀ, ਗੁਰੂ ਅੰਗਦ ਪਾਤਸ਼ਾਹ ਨੇ ਕੀਤੀ, ਹਿਮਾਯੂ ਸਾਹਮਣੇ ਆਇਆ ਤਾਂ ਉਹਨੂੰ ਵੀ ਕਹਿ ਦਿੱਤਾ, ਉਹ ਇਹ ਜਿਹੜੀ ਤਲਵਾਰ ਤੂੰ ਅੱਜ ਫਕੀਰ ਦੇ ਉੱਤੇ ਖੜੀ ਕਰਨ ਲੱਗਾ, ਉਸ ਵੇਲੇ ਕਿੱਥੇ ਸੀ ਜਦੋਂ ਮੈਦਾਨੇ ਜੰਗ ਦੇ ਜੰਗੇ ਮੈਦਾਨ ਦੇ ਅੰਦਰ ਤੂੰ ਸ਼ੇਰ ਸ਼ਾਹ ਸੂਰੀ ਕੋਲੋਂ ਹਾਰ ਖਾ ਕੇ ਭੱਜਿਆ। ਗੁਰੂ ਅਮਰਦਾਸ ਜੀ ਜਿਸ ਵੇਲੇ ਅਕਬਰ ਆਉਂਦਾ ਤਾਂ ਅਕਬਰ ਉਹਦੇ ਜਿਹੜੇ ਦਰਬਾਰੀ ਨੇ ਉਹ ਅੱਗੇ ਰੈੱਡ ਕਾਰਪੇਟ ਲਗਾਉਣ ਦੀ ਕੋਸ਼ਿਸ਼ ਕਰਦੇ, ਕਹਿੰਦੇ ਇਹਨੂੰ ਹਟਾ ਦਿਓ, ਮੈਂ ਇੱਕ ਫਕੀਰ ਦੇ ਕੋਲ ਇੱਕ ਮੰਗਤਾ ਬਣ ਕੇ ਜਾ ਰਿਹਾ। ਆਉਂਦਾ ਪਾਤਸ਼ਾਹ ਕਹਿੰਦੇ ਦਰਸ਼ਨ ਨਹੀਂ ਹੋਣੇ ਜਦ ਤੱਕ ਪਹਿਲਾਂ ਲੰਗਰ ਦੇ ਵਿੱਚ ਪੰਗਤ ਦੇ ਵਿੱਚ ਲੰਗਰ ਨਹੀਂ ਛਕ ਲੈਂਦਾ, ਉਸ ਤੋਂ ਪਹਿਲਾਂ ਦਰਸ਼ਨ ਨਹੀਂ ਹੋ ਸਕਦੇ। ਲੰਗਰ ਛਕਦਾ ਇੰਨਾ ਰਸ ਮਿਲਦਾ, ਔਰ ਜਿਸ ਵੇਲੇ ਗੁਰੂ ਪਾਤਸ਼ਾਹ ਕੋਲ ਆਉਂਦਾ ਅਤੇ ਕਹਿੰਦਾ ਮੈਨੂੰ ਜੇਕਰ ਕੋ ਤਾਂ ਮੈਂ ਕੁਛ ਦੇਣਾ ਚਾਹੁੰਦਾ, ਪਾਤਸ਼ਾਹ ਕਹਿੰਦੇ ਨੇ ਇਹ ਲੰਗਰ ਕਿਸੇ ਬਾਦਸ਼ਾਹਾਂ ਦੀ ਜਗੀਰ 'ਤੇ ਚੱਲਣ ਵਾਲੇ ਨਹੀਂ, ਤੂੰ ਕਹਿੰਦਾ ਕਿ ਮੈਂ ਕੁਛ ਦੇਣਾ ਤਾਂ ਗੁਰੂ ਪਾਤਸ਼ਾਹ ਦੇ ਅੱਗੇ ਸਭੇ ਜੀ ਸੰਭਾਲ ਆਪਣੀ ਮਿਹਰ ਕਰਦਾ ਇਹ ਜਿਹੜਾ ਟਾਰਗੇਟ ਹੈ ਉਹ ਸਾਹਮਣੇ ਹੈ, ਵੀ ਅਕਾਲ ਪਿਆ ਅਤੇ ਤੂੰ ਲੋਕਾਂ ਦਾ ਜਿਹੜਾ ਮਾਮਲਾ ਹੈ ਜਿਹੜਾ ਟੈਕਸ ਹੈ ਉਹਨੂੰ ਮਾਫ ਕਰ ਦੇ। ਹੁਣ ਅਕਬਰ ਇਸ ਗੱਲ ਨੂੰ ਸਵੀਕਾਰ ਕਰਦਾ ਔਰ ਮਾਮਲਾ ਮਾਫ ਕਰਦਾ। ਇਹ ਗੁਰੂ ਪਾਤਸ਼ਾਹ ਵੱਲੋਂ ਕੇਵਲ ਅਰਦਾਸ ਜਾਂ ਬਾਣੀ ਲਿਖੀ ਹੋਈ ਨਹੀਂ ਹੈ, ਇਹ ਸਾਡਾ ਫਿਲੋਸਫਿਕਲ ਇੱਕ ਫਾਊਂਡੇਸ਼ਨ ਹੈ ਔਰ ਉਹਦੇ ਉੱਤੇ ਸਾਰਾ ਇਤਿਹਾਸ ਸਿਰਜਿਆ ਗਿਆ। ਐਵੇਂ ਨਹੀਂ ਆਖਿਆ ਗਿਆ, ਹਿਸਟਰੀ ਇਜ਼ ਫਿਲੋਸਫਿਕਲ ਟੀਚਿੰਗ ਬਾਏ ਪਰਸੈਪਟ ਐਂਡ ਐਗਜ਼ਾਮਪਲ। ਜਦ ਤੱਕ ਉਹ ਪਰਸੈਪਟ ਅਤੇ ਐਗਜ਼ਾਮਪਲ ਨਾ ਹੋਵੇ ਸਾਨੂੰ ਇਤਿਹਾਸ ਨਹੀਂ ਸਮਝ ਆ ਸਕਦਾ। ਉਸ ਇਤਿਹਾਸਕ ਈਵੈਂਟ ਦੇ ਪਿੱਛੇ ਜਿਹੜੀ ਫਿਲੋਸਫੀ ਹੈ ਉਹ
ਪ੍ਰਗਟ ਨਹੀਂ ਹੋ ਸਕਦੀ। ਫਿਲਾਸਫੀਕਲ ਫਾਊਂਡੇਸ਼ਨ ਨੂੰ ਇਤਿਹਾਸ ਪ੍ਰਗਟ ਕਰਦਾ ਹੈ। ਗੁਰੂ ਰਾਮਦਾਸ ਜੀ ਵੀ ਜਦੋਂ ਅਕਬਰ ਦੇ ਕੋਲ ਜਾਂਦੇ ਨੇ, ਬੁਲਾਇਆ ਜਾਂਦਾ ਤਾਂ ਉਹਦੇ ਸਾਹਮਣੇ ਵੀ ਇਹੀ ਗੱਲ ਹੈ। ਗੁਰੂ ਅਰਜਨ ਪਾਤਸ਼ਾਹ ਪੂਰੀ ਸਰਕਾਰੀ ਮਸ਼ੀਨਰੀ ਫੇਲ ਹੈ, ਲਾਹੌਰ ਦੀਆਂ ਗਲੀਆਂ ਦੇ ਅੰਦਰ ਲਾਸ਼ਾਂ ਦੇ ਢੇਰ ਨੇ, ਸਰਕਾਰ ਵੱਲੋਂ ਕਿਧਰੇ ਕੋਈ ਮਦਦ ਨਹੀਂ ਪਹੁੰਚ ਰਹੀ। ਗੁਰੂ ਪਾਤਸ਼ਾਹ ਆਪਣੀ ਟੀਮ ਲੈ ਕੇ 1595 ਦੇ ਅੰਦਰ ਲਾਹੌਰ ਜਾਂਦੇ ਨੇ, 1600 ਤੱਕ ਦੋ ਤਿੰਨ ਵਾਰੀ ਕਾਲ ਪਿਆ, ਬਿਮਾਰੀਆਂ ਫੈਲੀਆਂ ਨੇ। ਇਤਿਹਾਸ ਦੱਸਦਾ ਕਿ ਪੂਰੀ ਗਲੀਆਂ ਦੇ ਵਿੱਚ, ਲਾਹੌਰ ਦੀਆਂ ਗਲੀਆਂ ਬਲੋਕ ਨੇ, ਲਾਸ਼ਾਂ ਦੇ ਢੇਰ ਨੇ। ਗੁਰੂ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ ਆਪਣੇ ਸਿੱਖਾਂ ਦੇ ਨਾਲ, ਸਿੱਖਾਂ ਦੀ ਦਸਵੰਧ ਲੈ ਕਰਕੇ ਜਿਹੜੀ ਅਲੱਗ ਅਲੱਗ ਥਾਵਾਂ ਤੋਂ ਆ ਰਹੀ ਹੈ, ਤਾਂ ਉਹਨਾਂ ਲਾਸ਼ਾਂ ਨੂੰ ਗਲੀਆਂ ਤੋਂ ਆਪਣੇ ਕੰਧਿਆਂ 'ਤੇ ਚੁੱਕ ਕੇ ਸ਼ਹਿਰ ਤੋਂ ਬਾਹਰ ਉਹਨਾਂ ਦਾ ਸੰਸਕਾਰ ਕਰਨਾ ਜਾਂ ਦੱਬਣਾ। ਚੂਨਾ ਮੰਡੀ ਲਾਹੌਰ ਦੀ ਇਮਾਰਤ ਬਣਾਉਣੀ ਸ਼ੁਰੂ ਕਰਤੀ ਕਿ ਲੋਕਾਂ ਨੂੰ ਕੋਈ ਰੁਜ਼ਗਾਰ ਮਿਲੇ, ਕਿ ਲੋਕਾਂ ਦੇ ਕੰਮ ਕੋਈ ਨਹੀਂ, ਰੁਜ਼ਗਾਰ ਮਿਲਣਗੇ, ਥੋੜ੍ਹਾ ਉਹਨਾਂ ਨੂੰ ਆਮਦਨੀ ਹੋਏਗੀ ਅਤੇ ਉਹ ਆਪਣਾ ਕੁਝ ਕਰ ਸਕਣਗੇ। 3 ਸਾਲ ਲਗਾਤਾਰ ਗੁਰੂ ਅਰਜਨ ਪਾਤਸ਼ਾਹ ਨੇ ਇਹ ਲਾਹੌਰ ਦੀ ਸੇਵਾ ਕੀਤੀ ਹੈ, ਇਹ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਹੈ। ਇਹ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਪੂਰਨੇ ਨੇ, ਇਹ ਗੁਰੂ ਸਾਹਿਬਾਂ ਦੇ ਪਾਏ ਹੋਏ ਪੂਰਨੇ ਨੇ, ਜਿਸ ਦੇ ਉੱਤੇ ਅੱਜ ਸਿੱਖ ਝੱਟ ਤਿਆਰ ਹੋ ਜਾਂਦਾ ਜਿੱਥੇ ਲੋੜ ਹੈ ਲੰਗਰ ਲਗਾਉਣ ਵਾਸਤੇ, ਜਿੱਥੇ ਲੋੜ ਹੈ ਆਕਸੀਜਨ ਦਾ ਲੰਗਰ ਲਗਾਉਣ ਵਾਸਤੇ, ਜਿੱਥੇ ਲੋੜ ਹੈ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਉਹਨਾਂ ਨੂੰ ਏਡ ਦੇਣ ਵਾਸਤੇ। ਵੇਖੋ, ਜਦੋਂ ਕੁਛ ਨਾਂ ਜਿਹੜੇ ਨੇ ਅੱਜ ਜਿਹੜੇ ਅਸੀਂ ਲਿਵਿੰਗ ਲੈਜੈਂਡਸ ਨੇ, ਸਰਦਾਰ ਭਗਵੰਤ ਸਿੰਘ ਦਿਲਾਵਰੀ ਤੁਸੀਂ ਨਾਂ ਸੁਣਿਆ ਹੋਏਗਾ, ਇੰਡੀਅਨ ਫੋਰਨ ਸਰਵਿਸ ਦੇ ਵਿੱਚੋਂ, ਯੂਰਪ ਦੀਆਂ ਕਈ ਕੰਟਰੀਜ਼ ਦੇ ਵਿੱਚ ਇਹਨਾਂ ਨੇ ਸਰਵਿਸ ਕੀਤੀ, 84 ਛੱਡ ਕਰਕੇ ਆ ਗਏ ਇੰਡੀਆ ਦੇ ਅੰਦਰ, ਔਰ ਕਹਿਣ ਲੱਗੇ ਮੈਨੂੰ ਉਹ ਜਗ੍ਹਾ ਜਾ ਕੇ ਸੇਵਾ ਕਰਨੀ ਹੈ ਜਿੱਥੇ ਕੋਈ ਸਿੱਖ ਨਾ ਹੋਏ, ਕੋਈ ਸਿੱਖ ਨੂੰ ਪਛਾਣਦਾ ਨਾ ਹੋਵੇ। ਅਤੇ ਅਮਰਾਵਤੀ ਵਿੱਚ ਕ੍ਰਿਸਚੀਅਨਸ ਵੱਲੋਂ ਇੱਕ ਲੈਪਰੋਜ਼ੀ ਸੈਂਟਰ ਸੀ, ਉੱਥੇ ਚਲੇ ਗਏ। ਰੋਜ਼ ਅੰਮ੍ਰਿਤ ਵੇਲੇ ਉੱਠਣਾ, ਆਪਣਾ ਨਿਤਨੇਮ ਕਰਨਾ, ਔਰ ਲੈਪਰੋਜ਼ੀ ਦੇ ਮਰੀਜ਼ਾਂ ਦਾ ਇਸ਼ਨਾਨ ਕਰਾਉਣਾ, ਉਹਨਾਂ ਦੇ ਜ਼ਖਮਾਂ 'ਤੇ ਮੱਲਮ ਪੱਟੀ ਕਰਨੀ, ਜਿਹਨੂੰ ਖਾਣਾ ਖਿਲਾਉਣਾ ਉਹਨੂੰ ਖਾਣਾ ਖਿਲਾਉਣਾ, ਜੋ ਜੋ ਜਿਸ ਨੂੰ ਚਾਹੀਦਾ ਕਰਨਾ। ਅਤੇ ਸਾਰੇ ਕਹਿਣ ਇਹ ਕਿਹੜਾ ਬੰਦਾ ਹੈ, ਇਹ ਕਿਹੜਾ ਸੰਤ ਹੈ ਜਿਹੜਾ ਰੋਜ਼ ਆਉਂਦਾ ਸਾਡੀ ਸੇਵਾ ਕਰਦਾ ਪਰ ਬੋਲਦਾ ਨਹੀਂ, ਬਾਣੀ ਮੂੰਹ ਵਿੱਚ ਬਾਣੀ ਪੜ੍ਹਦਾ ਰਹਿੰਦਾ। ਕਿਹਾ ਵੀ ਤੁਸੀਂ ਇੰਝ ਕਿਉਂ ਕਰਦੇ ਹੋ? ਕਹਿਣ ਲੱਗੇ ਕਿ ਜਿਹੜੀ ਗੱਲ ਗੁਰੂ ਪਾਤਸ਼ਾਹ ਨੇ ਕਹੀ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਅਨ
ਤਿੱਥੇ ਨਜ਼ਰ ਤੇਰੀ। ਮੈਂ ਤਾਂ ਉਹ ਬਖਸ਼ਿਸ਼ ਲੈਣ ਵਾਸਤੇ ਅਜਿਹਾ ਕਰ ਰਿਹਾ। ਟੀਮ ਆਈ ਬਾਹਰੋਂ, ਬਈ ਇੱਕ ਬੰਦਾ ਸਾਰਿਆਂ ਨੂੰ ਨੁਹਾ ਵੀ ਰਿਹਾ, ਮਲਮ ਪੱਟੀ ਵੀ ਕਰ ਰਿਹਾ, ਔਰ ਉਹਨਾਂ ਨੂੰ ਦੇਖਣ ਲੱਗੇ ਤਾਂ ਦਿਲਾਵਰੀ ਸਾਹਿਬ ਨੂੰ ਪੁੱਛਣ ਲੱਗੇ ਕਿ ਆਪ ਇਹ ਕਿਵੇਂ ਕਰਦੇ ਹੋ? ਕਹਿੰਦੇ ਬਸ ਮੈਂ ਆਉਣਾ ਤੇ ਇਹਨਾਂ ਦੀ ਸੇਵਾ ਕਰਨਾ। ਕਹਿੰਦੇ ਤੁਸੀਂ ਦਸਤਾਨੇ ਨਹੀਂ ਪਾਉਂਦੇ? ਬੜੇ ਜ਼ਰੂਰੀ ਨੇ, ਹਾਈਜੀਨ ਦੇ ਤੌਰ 'ਤੇ ਜ਼ਰੂਰੀ ਨੇ। ਕਹਿੰਦੇ ਮੈਂ ਤਾਂ ਕਦੀ ਪਤਾ ਹੀ ਨਹੀਂ ਲੱਗਾ ਕਿ ਮੈਂ ਦਸਤਾਨੇ ਪਾਉਣੇ ਨੇ। ਇਹ ਹੈ ਪਿਆਰ ਸਰਬਤ ਦੇ ਭਲੇ ਦਾ। ਅੱਜ ਵੀ ਭਗਵੰਤ ਸਿੰਘ ਦਿਲਾਵਰੀ ਪਹਿਲਾਂ ਦਿੱਲੀ ਰਹਿੰਦੇ ਸਨ, ਹੁਣ ਮੋਹਾਲੀ ਚਲੇ ਗਏ ਨੇ। ਹੀ ਇਜ਼ ਅ ਲਿਵਿੰਗ ਲੈਜੈਂਡ ਸਿੱਖੀ ਦਾ। ਆਪ ਜੀ ਜਾਣਦੇ ਹੋ ਭਗਤ ਪੂਰਨ ਸਿੰਘ, ਜਿਨ੍ਹਾਂ ਨੇ ਪਿੰਗਲਵਾੜੇ ਦੇ ਅੰਦਰ ਜਿਹੜਾ ਪਿੰਗਲਵਾੜਾ ਸਥਾਪਿਤ ਕੀਤਾ, ਔਰ ਅੱਜ ਵੀ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਕਈਆਂ ਨਾਲ ਸੰਪਰਕ ਹੁੰਦਾ, ਆਉਂਦੇ ਨੇ, ਗੱਲਬਾਤ ਕਰਦੇ ਨੇ, ਹੈਰਾਨ ਹੋ ਜਾਂਦੇ ਨੇ ਕਿ ਇੱਕ ਮਾਨਾ ਵਾਲਾ ਸੈਂਟਰ ਦੇ ਵਿੱਚ 1500 ਇਨਮੇਟਸ ਰਹਿੰਦੇ ਨੇ, ਉਹਨਾਂ ਦੀ ਸੇਵਾ ਸੰਭਾਲ ਹੁੰਦੀ ਹੈ, ਕਿਸੇ ਕੋਲੋਂ ਕੋਈ ਚਾਰਜ ਨਹੀਂ ਲਿਆ ਜਾਂਦਾ, ਕੋਈ ਪੈਸਾ ਨਹੀਂ ਲਿਆ ਜਾਂਦਾ ਕਿਸੇ ਕੋਲੋਂ। ਆਹ ਮਾਨਾ ਵਾਲਾ ਦੇ ਵਿੱਚ ਇੱਕ DSP ਰਿਟਾਇਰਡ ਨੌਨ ਸਿੱਖ, ਜਦੋਂ ਅਸੀਂ ਉਹਨਾਂ ਦੇ ਸੈਂਟਰ ਦੇ ਵਿੱਚ ਘੁੰਮੇ ਜਿੱਥੇ ਜਿਹੜੇ ਜਿਨ੍ਹਾਂ ਨੂੰ ਅਸੀਂ ਮੈਂਟਲੀ ਚੈਲੇਂਜਡ ਕਹਿੰਦੇ ਹਾਂ, ਕੁਝ ਉਹ ਵੀ ਜਿਹੜਾ ਆਪਣਾ ਆਪ ਨਹੀਂ ਸੰਭਾਲ ਸਕਦੇ, ਅਤੇ ਸਾਡੇ ਪੂਰੇ ਪੰਜਾਬ ਦੇ ਕੋਈ 250 ਸਕੂਲਾਂ ਦੇ ਟੀਚਰਸ ਦੀ ਟ੍ਰੇਨਿੰਗ ਉਹਨਾਂ ਦੇ ਉਸ ਸੈਂਟਰ 'ਤੇ ਰੱਖੀ ਗਈ, ਅਤੇ ਇੱਕ ਦਿਨ ਸੀਗਾ ਕਿ ਅਸੀਂ ਆਪਣੇ 2 ਘੰਟੇ ਸਾਰੇ ਜਿਹੜੇ ਉਹਨਾਂ ਦੇ ਵਾਰਡਸ ਨੇ ਉਹਨਾਂ ਵਿੱਚ ਸੇਵਾ ਕਰਨ ਵਾਸਤੇ ਗਏ। ਲਿਟਰਲੀ ਟੀਚਰਸ ਰੋਣ ਲੱਗ ਪਈਆਂ ਕਿ ਉਹ ਧਨ ਨੇ ਜਿਹੜੇ ਰੋਜ਼ ਇਹਨਾਂ ਨੂੰ ਸੰਭਾਲ ਰਹੇ ਨੇ ਅਸੀਂ ਦੇ 2 ਘੰਟੇ ਦੇ ਵਿੱਚ। ਅਤੇ ਉਹ ਜਿਹੜੇ ਰਿਟਾਇਰਡ DSP ਆਏ ਅਤੇ ਪੁੱਛਣ ਲੱਗੇ, ਅੱਜ ਤੁਹਾਨੂੰ ਰੱਬ ਜੀ ਦੇ ਦਰਸ਼ਨ ਹੋਏ ਨੇ? ਲਿਟਰਲੀ ਲੱਗਿਆ ਕਿ ਰੱਬ ਜੀ ਆਪ ਵਰਤ ਰਹੇ ਨੇ। ਇਹ ਹੈ ਗੁਰੂ ਨਾਨਕ ਦਾ ਸਿਧਾਂਤ ਕਿ ਜਿੱਥੇ ਨੀਵਿਆਂ ਦੀ ਸੰਭਾਲ ਹੈ, ਜਿੱਥੇ ਸਰਬਤ ਦੇ ਭਲੇ ਦੀ ਗੱਲ ਹੈ, ਕਿਉਂਕਿ ਜਦੋਂ ਸਰਬਤ ਦੇ ਭਲੇ ਦੀ ਗੱਲ ਕਰਾਂਗੇ, ਸੱਭੇ ਜੀ ਸੰਭਾਲ ਦੀ ਗੱਲ ਕਰਾਂਗੇ, ਤਾਂ ਉਸ ਵਿੱਚ ਅਸੀਂ ਵੀ ਤਾਂ ਆ ਗਏ। ਮੈਂ ਸੁਖੀ ਕਦੋਂ ਹੋਵਾਂਗਾ? ਜਦੋਂ ਮੇਰਾ ਗੁਆਂਢੀ ਵੀ ਸੁਖੀ ਹੋਏਗਾ। ਮੇਰੇ ਗੁਆਂਢ ਤਾਂ ਸੁਖੀ ਰਹਿਣਗੇ ਜੇ ਸ਼ਹਿਰ ਵੀ ਸੁੱਖ ਵਰਤੇਗੀ। ਸ਼ਹਿਰ ਤਾਂ ਸੁੱਖ ਹੋਏਗਾ ਜੇ ਪੂਰੇ ਦੇਸ਼ ਵੀ ਸੁਖੀ ਹੋਣਗੇ। ਦੇਸ਼ ਤਾਂ ਸੁੱਖ ਹੋਵੇਗਾ ਜੇ ਪੜੋਸੀ ਦੇਸ਼ ਵੀ ਸੁਖੀ ਹੋਣਗੇ। ਨਾ ਕੋ ਬੈਰੀ ਨਾਹੇ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਪ੍ਰੈਕਟੀਕਲੀ
ਇਹ ਗੱਲ ਕਰਨ ਦੀ ਲੋੜ ਹੈ, ਪੁੱਛਣ ਦੀ ਲੋੜ ਹੈ। ਅਬਦਾਲੀ ਹੈਰਾਨ ਹੋ ਗਿਆ, ਸਾਡੇ ਨਾਲ ਲੜ ਰਹੇ ਨੇ। ਸ਼ਾਮ ਵੇਲੇ ਲੰਗਰ ਬਣਾਇਆ, ਉੱਚੀ ਸਾਰੀ ਆਵਾਜ਼ ਦਿੱਤੀ ਹੈ, ਗੁਰੂ ਕਾ ਲੰਗਰ ਤਿਆਰ ਹੈ, ਜਿਹਨੇ ਛਕਣਾ ਛਕ ਲਓ। ਅਤੇ ਦੁਸ਼ਮਣ ਆ ਕਰਕੇ ਪੰਗਤ ਵਿੱਚ ਬਹਿ ਕਰਕੇ ਉਹ ਲੰਗਰ ਛਕ ਰਿਹਾ। ਇਹ ਸਿੱਖੀ ਦਾ ਜਜ਼ਬਾ ਸੀ। ਇਹ ਹੁਣੇ ਹੀ ਤਾਂ ਕਿਸਾਨ ਅੰਦੋਲਨ ਹੋਇਆ, ਅੱਜ ਵੀ ਚੱਲ ਰਿਹਾ। ਜਿਹੜੇ ਪੁਲਿਸੀਆਂ ਨੇ ਉਹਨਾਂ ਨੂੰ ਡੰਡੇ ਮਾਰੇ, ਆਂਸੂ ਗੈਸ ਛੱਡੀ ਹੈ, ਉਹਨਾਂ ਦੇ ਟਰੱਕਾਂ ਦੇ ਟਾਇਰਾਂ ਦੇ ਉੱਤੇ ਕਿੱਲ ਮਾਰ ਕੇ ਖਤਮ ਕੀਤਾ, ਉਹ ਲੰਗਰ ਲਗਾ ਰਹੇ ਨੇ, ਤਾਂ ਉਹਨਾਂ ਪੁਲਿਸੀਆਂ ਨੂੰ ਵੀ ਕਹਿ ਰਹੇ ਨੇ ਆ ਕੇ ਲੰਗਰ ਛਕ ਲਓ। ਉਹ ਪ੍ਰੈਕਟੀਕਲੀ ਛਕ ਰਹੇ ਜੇ। ਗੁਰੂ ਨਾਨਕ ਨੇ ਮਲਕ ਭਾਗੋ ਨੂੰ ਉਹਦੇ ਪਕਵਾਨ ਨਹੀਂ ਲਏ ਅਤੇ ਭਾਈ ਲਾਲੋ ਦੇ ਕੋਦਰੇ ਦੀ ਰੋਟੀ ਪ੍ਰਵਾਨ ਕੀਤੀ ਹੈ। ਇਹਨਾਂ ਲੀਆਂ ਤਾਂ ਚੱਲਦੇ, ਮੈਂ ਕੋਈ ਬਰਾਬਰੀ ਨਹੀਂ ਕਰ ਰਿਹਾ, ਪਰ ਇਸ ਸਿਧਾਂਤ ਉੱਤੇ ਚੱਲਦਿਆਂ ਉਹ ਕਿਸਾਨ ਅੰਦੋਲਨ ਦੇ ਜਿਹੜੇ ਲੀਡਰਸ ਨੇ ਗੌਰਮੈਂਟ ਨਾਲ ਗੱਲ ਕਰ ਰਹੇ ਨੇ, 40 ਬੰਦੇ ਟੇਬਲ 'ਤੇ ਬੈਠ ਕੇ ਗੱਲ ਕਰ ਰਹੇ ਨੇ, ਪਰ ਸਰਕਾਰੀ ਤੌਰ 'ਤੇ ਉਹਨਾਂ ਦੀ ਕੋਈ ਰੋਟੀ, ਉਹਨਾਂ ਦਾ ਕੋਈ ਚਾਹ ਪਾਣੀ ਨਹੀਂ ਛਕ ਰਹੇ। ਆਪਣਾ ਲੰਗਰ ਲਿਆ ਕੇ ਉਹਨਾਂ ਨੂੰ ਵੀ ਕਹਿੰਦੇ ਨੇ ਆ ਕੇ ਛਕ ਲਓ, ਔਰ ਉਹਨਾਂ ਦਾ ਮਿਨਿਸਟਰ ਵੀ ਨਾਲ ਆ ਕੇ ਛਕ ਰਿਹਾ। ਇਹ ਹੈ ਪਹਿਰਾ ਦੇਣ ਦੀ ਗੱਲ। ਗੱਲ ਸਿਰਫ ਬਾਣੀ ਸੁਣਾਉਣ ਦੀ, ਬਾਣੀ ਪੜ੍ਹਨ ਦੀ ਹੀ ਨਹੀਂ ਹੈ, ਇੱਥੋਂ ਤੱਕ ਸੀਮਤ ਨਹੀਂ ਹੈ। ਬਾਣੀ ਪੜ੍ਹਨਾ ਮੁਬਾਰਕ ਹੈ, ਬਾਣੀ ਸੁਣਨਾ ਮੁਬਾਰਕ ਹੈ, ਪਰ ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਨਾਮ ਜਪਣਾ ਹੀ ਤਾਂ ਔਖਾ ਹੈ। ਅਸੀਂ ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਪਰ ਜਪਣਾ ਬਹੁਤ ਔਖਾ ਹੈ। ਔਰ ਜਿਸ ਨੇ ਉਹ ਸਾਸ ਗਿਰਾਸ ਪਰਮਾਤਮਾ ਦਾ ਨਾਮ ਜਪਿਆ ਅਤੇ ਉਹਦੇ ਉੱਤੇ ਪਹਿਰਾ ਦਿੱਤਾ, ਗੱਲ ਤਾਂ ਪਹਿਰਾ ਦੇਣ ਦੀ ਹੈ ਕਿ ਕਿੰਨੇ ਪਹਿਰਾ ਦਿੱਤਾ, ਅਤੇ ਇਸ ਕਰਕੇ ਲੋੜ ਕਿਸ ਗੱਲ ਦੀ ਹੈ। ਅੱਜ ਪੂਰੇ ਵਰਲਡ ਦੇ ਵਿੱਚ ਜੋ ਕੁਛ ਸਿੱਖਾਂ ਦਾ ਕਿਰਦਾਰ ਰਿਹਾ, ਲੋਕ ਸੁਣਨਾ ਚਾਹੁੰਦੇ ਹਨ ਕਿ ਸਿੱਖ ਕੌਣ ਨੇ, ਸਿੱਖਾਂ ਦੇ ਸਿਧਾਂਤ ਕੀ ਰਹੇ, ਸਿੱਖਾਂ ਨਾਲ ਇੰਨਾ ਵਰਤਾਰਾ ਹੋਇਆ ਕਿਉਂ ਹੈ। ਕਦੀ ਕੋਈ ਕੈਨੇਡਾ ਦਾ ਵੀ ਸਿੱਖ ਮਾਰਿਆ ਜਾਂਦਾ, ਕਿਧਰੇ ਅਮੈਰੀਕਾ ਵਿੱਚ ਮਾਰਿਆ ਜਾਂਦਾ, ਕਿਧਰੇ ਇੰਗਲੈਂਡ ਵਿੱਚ ਮਾਰਿਆ ਜਾਂਦਾ, ਪੰਜਾਬ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੈ ਕਿੱਥੇ ਕਿੱਥੇ ਮਾਰ ਪੈ ਰਹੀ ਹੈ। ਪੂਰੇ ਹਿੰਦੁਸਤਾਨ ਦੇ ਅੰਦਰ ਸਾਨੂੰ ਨਹੀਂ ਪਤਾ, ਸਾਨੂੰ ਉਹੀ ਕੁਝ ਪਤਾ ਜੋ ਕੁਛ ਸਕੂਲ ਦੀਆਂ ਕਿਤਾਬਾਂ ਦੇ ਵਿੱਚ ਜਾਂ ਜੋ ਕੁਛ ਮੀਡੀਆ ਦੇ ਰਾਹੀਂ ਸਾਡੇ ਤੱਕ ਪਹੁੰਚਿਆ। ਪਰ ਸਿੱਖੀ ਸਿਧਾਂਤ ਕੀ ਹੈ, ਸਿੱਖ ਇਤਿਹਾਸ ਕੀ ਹੈ, ਸਾਨੂੰ ਆਪ ਨੂੰ ਹੀ ਨਹੀਂ ਪਤਾ, ਸਾਡੇ ਬੱਚਿਆਂ ਨੂੰ ਹੀ ਨਹੀਂ ਪਤਾ। ਅੱਜ ਲੋੜ ਹੈ ਆਪਣੇ ਘਰਾਂ ਦੇ ਅੰਦਰ ਬੱਚਿਆਂ ਤੱਕ ਇਤਿਹਾਸ ਪਹੁੰਚਾਉਣ ਦੀ।
ਗੱਲ ਇਹ ਹੈ, ਵੱਡੀ ਗੱਲ ਇਹ ਹੈ ਕਿ ਸਾਰਿਆਂ ਤੋਂ ਪ੍ਰਮੁੱਖ ਗੱਲ ਹੈ ਸਾਡੇ ਆਪਣੇ ਅੰਦਰ ਸਿੱਖੀ ਅਣਖ ਘਟਦੀ ਜਾ ਰਹੀ ਹੈ। ਉਹਦਾ ਸਭ ਤੋਂ ਵੱਡਾ ਕਾਰਨ ਬਾਣੀ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਮੇਰੇ ਸਮੇਤ ਉਹਦੇ ਉੱਤੇ ਅਮਲ ਕਰਨ ਵਾਸਤੇ ਸਾਡੇ ਅੰਦਰ ਉਹ ਜਜ਼ਬਾ, ਉਹ ਭਾਵਨਾ, ਉਹ ਦ੍ਰਿੜਤਾ ਨਹੀਂ ਆਉਂਦੀ। ਜਿੱਥੇ ਅਸੀਂ ਥੋੜ੍ਹਾ ਜਿੰਨਾ ਆਪਣਾ ਸੰਸਾਰੀ ਲਾਭ ਦੇਖਦੇ ਹਾਂ, ਧਰਮ ਤੋਂ ਮੂੰਹ ਮੋੜ ਲੈਂਦੇ ਹਾਂ। ਜਿੰਨੀ ਸਾਡੀ ਰਾਜਨੀਤੀ ਹੈ, ਹੈਰਾਨ ਹੋ ਜਾਂਦੇ ਹਾਂ। ਗੁਰੂ ਕੇ ਬਾਗ ਦਾ ਮੋਰਚਾ ਸਨ 1923, ਗੁਰੂ ਕੇ ਬਾਗ ਦੇ ਮੋਰਚੇ ਦੇ ਅੰਦਰ ਤੁਸੀਂ ਜੇਕਰ ਉਹਦਾ ਇਤਿਹਾਸ ਸ਼ਾਇਦ ਪੜ੍ਹਿਆ ਹੋਏਗਾ, ਸੁਣਿਆ ਹੋਏਗਾ, ਅਕਾਲ ਤਖ਼ਤ ਤੋਂ 100 ਸਿੰਘਾਂ ਦਾ ਜੱਥਾ ਜਾ ਰਿਹਾ, ਉਹਨਾਂ ਕੋਲੋਂ ਪ੍ਰਣ ਲਿਆ ਜਾਂਦਾ ਤੁਸੀਂ ਭਾਵੇਂ ਕਿੰਨਾ ਵੀ ਤਸ਼ੱਦਦ ਹੋਏ ਗੁਰੂ ਕੇ ਬਾਗ ਤੱਕ ਪਹੁੰਚਣਾ। ਜਿਹੜੇ ਗੁਰੂ ਪਾਤਸ਼ਾਹ ਦੇ ਬਾਗ ਨੇ, ਜਿੱਥੋਂ ਲੰਗਰ ਵਾਸਤੇ ਲੱਕੜ ਲੈਣ ਵਾਸਤੇ ਸਰਕਾਰ ਸਾਨੂੰ ਰੋਕ ਰਹੀ ਹੈ, ਅਸੀਂ ਆਪਣਾ ਹੱਕ ਲੈਣ ਵਾਸਤੇ ਉੱਥੇ ਜਾਣਾ ਅਤੇ ਉਹਨਾਂ ਸਾਰਿਆਂ ਉੱਤੇ ਤਸ਼ੱਦਦ ਹੋ ਰਿਹਾ। ਅੰਗਰੇਜ਼ ਰਾਜ ਦੀ ਪੁਲਿਸ ਬੀਟੀ ਦੀਆਂ ਡਾਂਗਾਂ ਸਿੱਖਾਂ ਨੂੰ ਅਦਮੋਏ ਕਰ ਰਹੀ ਹੈ ਮਾਰ ਮਾਰ ਕੇ, ਔਰ ਸਾਰੇ ਮਾਰ ਖਾਂਦਿਆਂ ਹੋਏ ਵੀ ਕਹਿੰਦੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਲ ਛੱਪੜ ਹੈ ਉਹਦੇ 'ਚ ਡੋਬ ਡੋਬ ਕੇ ਫਿਰ ਦੁਬਾਰਾ ਉਹਨਾਂ ਉੱਤੇ ਡਾਂਗਾਂ ਵਰਾਈਆਂ ਜਾਂਦੀਆਂ ਨੇ। 100-100 ਸਿੰਘ ਰੋਜ਼ ਫੱਟੜ ਹੋ ਕਰਕੇ ਜਾ ਰਿਹਾ। ਹਿੰਦੂ ਅਤੇ ਮੁਸਲਮਾਨ ਉਹਨਾਂ ਫੱਟੜ ਸਿੱਖਾਂ ਨੂੰ ਚੁੱਕ ਕੇ ਘਰ ਲਿਜਾ ਕੇ ਉਹਨਾਂ ਦਾ ਇਲਾਜ ਕਰ ਰਹੇ, ਵਾਪਸ ਫਿਰ ਤੰਦਰੁਸਤ ਹੋ ਕੇ ਅਕਾਲ ਤਖ਼ਤ ਆਉਂਦੇ ਨੇ, ਅਸੀਂ ਫਿਰ ਜਾਣ ਨੂੰ ਤਿਆਰ ਹਾਂ। ਪੂਰੇ ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਪੂਰੀ ਤਰ੍ਹਾਂ, ਕਿਧਰੇ ਜਗ੍ਹਾ ਨਹੀਂ ਹੋਰ ਕੈਦੀਆਂ ਨੂੰ ਰੱਖਣ ਦੀ। ਪੂਰੇ ਪੰਜਾਬ ਦੇ ਅੰਦਰ 2 ਗੁਣਾ ਹੋਰ ਵਾੜੇ ਬਣਾ ਦਿੱਤੇ ਗਏ ਉੱਥੇ ਸਿੰਘਾਂ ਨੂੰ ਰੱਖਣ ਵਾਸਤੇ। ਪੰਜਾ ਸਾਹਿਬ ਗੱਡੀ ਦਾ ਜਿਹੜਾ ਸਾਕਾ ਕਿ ਇਹਨਾਂ ਕੈਦੀਆਂ ਨੂੰ, ਗੁਰੂ ਕੇ ਬਾਗ ਦੇ ਕੈਦੀਆਂ ਨੂੰ ਲੈ ਕੇ ਜਾ ਰਹੇ ਨੇ ਪੰਜਾ ਸਾਹਿਬ ਤੋਂ ਹਸਨ ਅਬਦਾਲ ਦੀ ਜੇਲ੍ਹ ਤੱਕ। ਗੱਡੀ ਨਹੀਂ ਰੁਕੇਗੀ ਹਸਨ ਅਬਦਾਲ, ਸਿੰਘ ਰੇਲ ਪਟੜੀ 'ਤੇ ਬਹਿ ਗਏ, ਅਸੀਂ ਲੰਗਰ ਛਕਾਵਾਂਗੇ, ਗੱਡੀ ਤਾਂ ਜਾਏਗੀ। ਬਹਿ ਗਏ ਸਾਰੇ, ਲੰਗਰ ਤਿਆਰ ਹੈ, ਪੰਜਾ ਸਾਹਿਬ ਦਾ ਲੰਗਰ ਤਿਆਰ ਹੋ ਕੇ ਆਇਆ। ਗੱਡੀ ਸ਼ੂ ਕਰਦੀ ਆ ਰਹੀ ਹੈ, ਡਰਾਈਵਰ ਨੂੰ ਇੰਸਟਰਕਸ਼ਨ ਹੈ ਬਿਲਕੁਲ ਨਹੀਂ ਰੋਕਣੀ, ਉਹ ਸ਼ੂ ਸ਼ੂ ਕਰਦਾ ਚੱਲਦਾ ਜਾ ਰਿਹਾ। ਸਿੰਘ ਕਿੰਨਾ ਸਿੰਘਾਂ ਦੇ ਉੱਤੋਂ ਲੱਗ ਜਾਂਦੀ ਹੈ, ਗੱਡੀ ਆਪਣੇ ਆਪ ਰੁਕ ਜਾਂਦੀ ਹੈ। ਉਸ ਡਰਾਈਵਰ ਉੱਤੇ ਕੇਸ ਹੋਇਆ, ਬਈ ਕਦੋਂ ਗੱਡੀ ਕਿਉਂ ਰੋਕੀ? ਕਹਿੰਦਾ ਮੈਂ ਤਾਂ ਰੋਕੀ ਨਹੀਂ, ਆਪੇ ਹੀ ਰੁਕ ਗਈ। ਚੋਰੀ ਬਣੀ ਸ਼ਾਇਦ
ਜਿਹੜੇ ਸਿੰਘ ਗੱਡੀ ਇੰਜਨ ਦੇ ਥੱਲੇ ਆਏ ਸਨ ਉਹਨਾਂ ਦੇ ਮਾਸ ਦੇ ਟੁਕੜੇ ਉੱਪਰ ਉੱਡੇ, ਉਹ ਗੱਡੀ ਨੂੰ ਜਾਮ ਕਰਤਾ ਉਹਨਾਂ ਨੇ। ਉਹਨਾਂ ਫੱਟੜ ਸਿੰਘਾਂ ਦੀਆਂ ਲਾਸ਼ਾਂ ਲਿਆ ਕਰਕੇ ਉਹ ਸਾਰੇ ਜਿਹੜੇ ਕੈਦੀ ਸਨ ਦਰਸ਼ਨ ਕਰਾਏ, ਸਾਰਿਆਂ ਨੂੰ ਲੰਗਰ ਛਕਾਇਆ। ਇਸ ਗੁਰੂ ਕੇ ਬਾਗ ਦੇ ਮੋਰਚੇ ਦੇ ਅੰਦਰ ਸਰ ਜਨਰਲ ਡਾਇਰ ਲੈਫਟੀਨੈਂਟ ਗਵਰਨਰ ਸੀਗਾ ਪੰਜਾਬ ਦਾ, ਅਤੇ ਇੱਕ ਪਾਦਰੀ ਐਂਡਰਿਊਸ, ਉਹ ਦੇਖਣ ਆਇਆ ਕਿ ਗੁਰੂ ਕੇ ਬਾਗ ਵਿੱਚ ਕਿਵੇਂ ਮਾਰਾਂ ਪੈ ਰਹੀਆਂ ਨੇ। ਪੂਰੇ ਹਿੰਦੁਸਤਾਨ ਤੋਂ ਪੱਤਰਕਾਰ ਜਿਹੜੇ ਰਿਪੋਰਟਰਸ ਨੇ ਉਹਨਾਂ ਨੇ ਫੋਟੋਆਂ ਖਿੱਚੀਆਂ, ਪੂਰੇ ਹਿੰਦੁਸਤਾਨ ਦੇ ਵਿੱਚ ਬੜਾ ਸ਼ੋਰ ਮੱਚਿਆ ਇਸ ਗੱਲ ਦਾ। ਪਾਦਰੀ ਐਂਡਰਿਊਸ ਨੇ ਜਦੋਂ ਦੇਖਿਆ, ਉਹਦੇ ਕੋਲੋਂ ਦੇਖਿਆ ਨਹੀਂ ਗਿਆ, ਸਿੱਧਾ ਗਿਆ ਜਨਰਲ ਕੋਲ, ਪੰਜਾਬ ਦੇ ਗਵਰਨਰ ਕੋਲ। ਉਹਨੂੰ ਜਾ ਕੇ ਸਿੱਧਾ ਰੂਮ ਵਿੱਚ ਕਹਿੰਦਾ, ਮਿਸਟਰ ਗਵਰਨਰ ਮਾਈਕਲ, ਆਰ ਯੂ ਕ੍ਰਿਸਚੀਅਨ? ਉਹਨੇ ਇੱਕਦਮ ਫਾਦਰ ਐਂਡਰਿਊਸ ਨੂੰ ਦੇਖਿਆ, ਐਂਜ ਕ੍ਰੋਸ ਲਗਾਇਆ, ਕਹਿੰਦਾ, ਯੈਸ ਯੈਸ ਫਾਦਰ, ਆਈ ਐਮ ਕ੍ਰਿਸਚੀਅਨ, ਯੂ ਆਰ ਨੋਟ ਏ ਕ੍ਰਿਸਚੀਅਨ ਐਟ ਆਲ। ਕਹਿੰਦੇ ਹਾਓ? ਕਹਿੰਦਾ, ਵਿਦ ਯੂਅਰ ਆਰਡਰਸ ਹੰਡਰਡਸ ਆਫ ਕ੍ਰਾਈਸਟ ਆਰ ਬੀਨ ਕ੍ਰੂਸੀਫਾਈਡ ਡੇਲੀ। ਕਹਿੰਦਾ ਹਾਓ? ਕਹਿੰਦਾ, ਉਹ ਜਿਹੜੇ ਧਰਮੀ ਲੋਕ, ਜਿਹੜੇ ਸਿੱਖ, ਜਿਹਨਾਂ ਉੱਤੇ ਰੋਜ਼ ਡਾਂਗਾਂ ਵਰ ਰਹੀਆਂ ਨੇ, ਉਹ ਤੇ ਰੱਬ ਦਾ ਨਾਂ ਲੈ ਰਹੇ ਨੇ, ਔਰ ਤੇਰੀ ਪੁਲਿਸ ਉਹਨਾਂ ਨੂੰ ਕੁੱਟ ਰਹੀ ਹੈ। ਐਂਡਰਿਊਸ ਨੇ ਜਦੋਂ ਜਾ ਕੇ ਗਵਰਨਰ ਨੂੰ ਇਹ ਤਾੜਨਾ ਕੀਤੀ, ਅਗਲੇ ਦਿਨ ਤੋਂ ਉਹ ਮਾਰਾਂ ਤਾਂ ਬੰਦ ਹੋ ਗਈਆਂ ਪਰ ਕੋਈ ਫੈਸਲਾ ਨਹੀਂ ਹੋਇਆ। ਸਿੱਖ ਆਉਂਦੇ ਰਹੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਜੇਲ੍ਹਾਂ ਵਿੱਚ ਭਰ ਦਿੱਤਾ ਜਾਂਦਾ। ਹੁਣ ਤਸ਼ੱਦਦ ਸ਼ੁਰੂ ਹੋ ਗਿਆ ਜੇਲ੍ਹਾਂ ਦੇ ਅੰਦਰ, ਗੱਲ ਗੱਲ ਦੇ ਉੱਤੇ ਮਾਰ ਕੁਟਾਈ, ਕੁਛ ਵੀ ਹੋਣਾ। ਪਰ ਜਿਹੜਾ ਟਰਨਿੰਗ ਪੁਆਇੰਟ ਹੈ, ਜਿਹੜਾ ਸਾਡੇ ਸਮਝਣ ਵਾਲਾ ਸਿੱਖੀ ਕਿਰਦਾਰ ਨੂੰ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਲਿਖਦਾ, ਉਹ ਸੀ ਕਿ ਪੂਰੇ ਹਿੰਦੁਸਤਾਨ ਦੇ ਅੰਦਰ ਹਿੰਦੂ ਮੁਸਲਿਮ ਫਸਾਦ ਹੋ ਗਏ। ਉਹ ਜਾਣਦੇ ਹੋ ਫਸਾਦ ਦੀ ਜੜ ਕੀ ਸੀ? ਫਸਾਦ ਦੀ ਜੜ ਸੀ ਮਹਾਤਮਾ ਗਾਂਧੀ। ਵਟ ਇਜ਼ ਰਿਟਨ ਇਨ ਹਿਸਟਰੀ? 1916 ਦੇ ਅੰਦਰ ਲਖਨਊ ਪੈਕਟ ਹੋਇਆ। ਤੁਸੀਂ ਚੋਰੀ ਚੋਰਾ ਦੀ ਘਟਨਾ ਪੜ੍ਹੀ ਹੋਏਗੀ, ਜਿਸ 'ਤੇ ਜਿਹੜਾ ਉਹ ਲੱਗਾ ਸੀ ਮੋਰਚਾ ਉਸ ਵੇਲੇ ਜਲਿਆਂਵਾਲੇ ਬਾਗ ਤੋਂ ਬਾਅਦ, ਜਿਸ ਕਰਕੇ ਚੋਰੀ ਚੋਰਾ ਦੀ ਘਟਨਾ ਤੋਂ ਬਾਅਦ ਉਹ ਵਾਪਸ ਲੈ ਲਿਆ ਗਿਆ। ਹਾਂਜੀ, ਨਹੀਂ, ਜਿਹੜਾ ਅੰਦੋਲਨ ਚੱਲਿਆ ਸੀ ਮਹਾਤਮਾ ਗਾਂਧੀ ਦਾ ਸਾਰਿਆਂ ਤੋਂ ਪਹਿਲਾਂ ਜਿਹੜਾ ਅੰਦੋਲਨ ਸੀ, ਨਾਨ ਕੋਆਪਰੇਸ਼ਨ ਮੂਵਮੈਂਟ,
ਨਾਨ ਕੋਆਪਰੇਸ਼ਨ ਮੂਵਮੈਂਟ ਹੋਈ ਸੀ, ਹਿੰਦੂ ਅਤੇ ਮੁਸਲਮਾਨਾਂ ਨੇ ਸ਼ੁਰੂ ਕੀਤੀ ਸੀ ਰਲ ਕਰਕੇ। ਅਲੀ ਬ੍ਰਦਰਸ ਨੇ ਖਲੀਫਾ ਖਿਲਾਫਤ ਮੂਵਮੈਂਟ ਦੇ ਖਿਲਾਫ, ਖਲੀਫਾ ਦੇ ਖਿਲਾਫ ਸ਼ੁਰੂ ਕੀਤਾ। ਮਹਾਤਮਾ ਗਾਂਧੀ ਨੇ ਨਾਲ ਮਿਲ ਕਰਕੇ ਕਿ ਅਸੀਂ ਇਕੱਠਾ ਹਿੰਦੂ ਮੁਸਲਿਮ ਮਿਲ ਕਰਕੇ ਕੰਮ ਕਰਾਂਗੇ। ਲਖਨਊ ਪੈਕਟ ਹੋਇਆ 1916 ਦੇ ਤਹਿਤ, ਅਤੇ ਯੂਪੀ ਦੀਆਂ ਇਲੈਕਸ਼ਨ ਆ ਗਏ ਜਦੋਂ ਚੋਰੀ ਚੋਰਾ ਦੀ ਘਟਨਾ ਹੋਈ, ਨਾਨ ਕੋਆਪਰੇਸ਼ਨ ਮੂਵਮੈਂਟ ਵਾਪਸ ਲੈ ਲਈ ਗਈ। ਅਤੇ ਜਦੋਂ ਮੂਵਮੈਂਟ ਵਾਪਸ ਲਈ, ਅਲੀ ਬ੍ਰਦਰਸ ਨੇ ਆ ਕੇ ਕਿਹਾ ਕਿ ਤੁਸੀਂ ਮੂਵਮੈਂਟ ਸ਼ੁਰੂ ਕਰਨ ਲਈ ਤਾਂ ਸਾਨੂੰ ਬੁਲਾਇਆ ਸੀ, ਜਦੋਂ ਵਾਪਸ ਲਈ ਤਾਂ ਸਾਨੂੰ ਬੁਲਾਇਆ ਨਹੀਂ। ਮਹਾਤਮਾ ਗਾਂਧੀ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਜਿਹੜੀ ਵੱਡੀ ਗੱਲ ਆਈ, ਯੂਪੀ ਦੀਆਂ ਇਲੈਕਸ਼ਨਸ ਆਈਆਂ। ਯੂਪੀ ਦੀਆਂ ਇਲੈਕਸ਼ਨ ਅਨਾਊਂਸ ਹੋਈਆਂ, ਇਲੈਕਸ਼ਨਸ ਦੇ ਅੰਦਰ ਮੁਸਲਿਮ ਲੀਗ ਮਹਾਤਮਾ ਗਾਂਧੀ ਕੋਲ ਗਈ, ਕਹਿਣ ਲੱਗੀ ਕਿ ਪਲੀਜ਼ ਅਸੀਂ ਰਲ ਕੇ ਇਲੈਕਸ਼ਨ ਲੜੀਏ। ਯੂਪੀ ਵਿੱਚ ਸਾਡੀ ਪਾਪੂਲੇਸ਼ਨ 36% ਹੈ ਔਰ ਹਿੰਦੂਆਂ ਦੀ ਪਾਪੂਲੇਸ਼ਨ, ਬਾਕੀ ਜਿਹੜੀ ਪਾਪੂਲੇਸ਼ਨ ਹੈ 64% ਬਣਦੀ ਹੈ। ਕਹਿਣ ਲੱਗੇ ਵੀ ਅਸੀਂ, ਸਾਡੇ ਲਈ ਤੁਸੀਂ 33% ਸੀਟਸ ਦੇ ਦਿਓ, ਅਸੀਂ 3% ਛੱਡਣੇ ਹਾਂ, ਕਿ ਸਾਨੂੰ ਰਲ ਕੇ ਅਸੀਂ ਇਲੈਕਸ਼ਨ ਲੜੀਏ, ਸੈਪਰੇਟ ਇਲੈਕਟੋਰੇਟ ਹੈ, ਅਸੀਂ 33% 'ਤੇ ਲੜਾਂਗੇ ਅਤੇ ਤੁਸੀਂ 67% 'ਤੇ ਲੜੋ। ਮਹਾਤਮਾ ਗਾਂਧੀ ਕਹਿੰਦਾ ਨੋ, ਅਸੀਂ ਤੁਹਾਨੂੰ 33% ਨਹੀਂ ਦਿਆਂਗੇ, ਤੁਹਾਨੂੰ ਅਸੀਂ 30% ਦਿਆਂਗੇ। ਕਹਿਣਗੇ 36% ਸਾਡੀ ਪਾਪੂਲੇਸ਼ਨ ਹੈ, 33% ਤੁਸੀਂ ਸਾਨੂੰ ਕਹਿ ਰਹੇ ਹੋ, ਅਤੇ 30% ਅਸੀਂ ਮੰਗ ਰਹੇ ਹਾਂ, ਤੁਸੀਂ ਕਹਿੰਦੇ 30% ਕਰ ਲਓ। ਕਹਿੰਦਾ ਨਹੀਂ, 30 ਤੋਂ ਬਾਅਦ ਨਹੀਂ ਦਿਆਂਗਾ। ਐਂਡ ਨੈਕਸਟ ਡੇ ਮਹਾਤਮਾ ਗਾਂਧੀ ਅਖਬਾਰ ਵਿੱਚ ਲਿਖਦਾ, ਏ ਬੋਡੀ ਆਫ ਕਨਵਰਟਸ ਵਾਂਟ ਸੈਪਰੇਟ ਰਾਈਟਸ। ਮੁਸਲਮਾਨ ਭੜਕ ਗਏ ਕਿ ਸਾਨੂੰ ਕਹਿੰਦੇ ਹਨ ਵੀ ਆਰ ਬੋਡੀ ਆਫ ਕਨਵਰਟਸ। ਫਸਾਦ ਹੋ ਗਏ, ਪੂਰੇ ਹਿੰਦੁਸਤਾਨ ਵਿੱਚ ਹਿੰਦੂ ਮੁਸਲਿਮ ਫਸਾਦ ਹੋਏ, ਪੰਜਾਬ ਵਿੱਚ ਫਸਾਦ ਹੋਏ। ਮਿਸਟਰ ਇੰਸਪੈਕਟਰ ਜਨਰਲ ਪੰਜਾਬ ਦਾ ਅੰਮ੍ਰਿਤਸਰ ਵਿੱਚ ਆਪਣੀ ਫੈਮਿਲੀ ਦੇ ਨਾਲ ਜਾ ਰਿਹਾ ਸੀ, ਹਿੰਦੂ ਮੁਸਲਿਮ ਫਸਾਦ ਸ਼ੁਰੂ ਹੋ ਗਏ। ਉੱਥੋਂ ਅਕਾਲੀਆਂ ਦਾ ਇੱਕ ਜੱਥਾ ਜਾ ਰਿਹਾ ਸੀ, ਅਕਾਲੀਆਂ ਦੇ ਜੱਥੇ ਨੇ ਉਸੇ ਵੇਲੇ ਕਵਰ ਅਪ ਕਰਕੇ ਇੰਸਪੈਕਟਰ ਪੁਲਿਸ, ਉਹਦੀ ਫੈਮਿਲੀ, ਉਹਦੇ ਬੱਚੇ, ਉਹਦੀ ਵਾਈਫ ਨੂੰ ਬਚਾ ਲਿਆ, ਅਤੇ ਹਿੰਦੂ ਮੁਸਲਿਮ ਦੋਨਾਂ ਭਰਾਵਾਂ ਦੇ ਅੱਗੇ, ਉਧਰੋਂ ਹਿੰਦੂ ਨੇ ਉਧਰੋਂ ਮੁਸਲਮਾਨ ਨੇ, ਡਾਂਗਾ ਛਵੀਆਂ ਲੈ ਕੇ ਲੜਨ ਆਏ ਨੇ, ਦੋਨਾਂ ਦੇ ਅੱਗੇ ਹੱਥ ਜੋੜ ਲਏ ਔਰ ਫਸਾਦ ਨੂੰ ਰੁਕਵਾ ਦਿੱਤਾ। ਉਹ ਇੰਸਪੈਕਟਰ ਜਨਰਲ ਗਵਰਨਰ ਨੂੰ ਕਹਿੰਦਾ ਕਿ ਅੱਜ ਮੇਰੀ ਜਾਨ ਬਚ ਗਈ ਹੈ, ਜੇ ਅਕਾਲੀ ਨਾ ਹੁੰਦੇ ਤਾਂ ਮੈਂ ਮਰ ਜਾਣਾ ਸੀ, ਨਾ ਮੇਰਾ ਪਰਿਵਾਰ ਬਚਣਾ ਸੀ, ਨਾ ਮੇਰੇ ਬੱਚੇ ਬਚਣੇ ਸਨ। ਐਂਡ ਪੁਲਿਸ ਪੰਜਾਬ ਦੇ ਅੰਦਰ ਪੀਸ, ਸ਼ਾਂਤੀ ਕਾਇਮ ਕਰਨ ਲਈ ਰੋਜ਼ ਅਕਾਲ ਤਖ਼ਤ ਆ ਰਹੀ ਹੈ, ਅਕਾਲੀ ਵਲੰਟੀਅਰਸ ਨੂੰ ਲੈ ਕੇ ਜਾ ਰਹੀ ਹੈ, ਹਿੰਦੂ ਮੁਸਲਿਮ ਫਸਾਦ ਪੰਜਾਬ ਵਿੱਚ ਰੁਕਵਾ ਰਹੀ ਹੈ, ਉਧਰੋਂ 100 ਸਿੱਖ ਵੀ ਜਾ ਰਹੇ ਨੇ ਗ੍ਰਿਫਤਾਰੀ ਦੇਣ ਵਾਸਤੇ ਗੁਰੂ ਕੇ ਬਾਗ ਦੇ ਮੋਰਚੇ ਵਾਸਤੇ। ਐਂਡ ਜਦੋਂ ਇਹ ਪੀਸ ਕਾਇਮ ਹੋ ਗਈ ਤਾਂ ਗਵਰਨਰ ਨੇ ਸੋਚਿਆ ਕਿ ਇਸ ਤੋਂ ਵਧੀਆ ਕਿਹੜਾ ਕੰਮ ਹੋ ਸਕਦਾ ਹੈ। ਕਹਿੰਦਾ ਮੈਂ ਅਕਾਲੀਆਂ ਦੇ ਕਰੈਕਟਰ ਦੇ ਅੱਗੇ
ਸਿਰ ਝੁਕਾਉਂਦਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਹਿੰਦੂ ਮੁਸਲਿਮ ਫਸਾਦਾਂ ਨੂੰ ਰੋਕਿਆ, ਮੈਂ ਤੁਹਾਨੂੰ ਗੁਰੂ ਕੇ ਬਾਗ ਦਾ ਜਿਹੜਾ ਰਾਈਟਸ ਨੇ ਉਹ ਸਰ ਗੰਗਾ ਰਾਮ, ਜਿਹੜਾ ਗੰਗਾ ਰਾਮ ਹੋਸਪਿਟਲ ਬਣਿਆ, ਇਹਨੂੰ ਵਿੱਚ ਪਵਾ ਕੇ ਉਹਨੂੰ ਕੰਟਰੈਕਟ ਦੇ ਦਿੱਤਾ ਅਤੇ ਗੁਰੂ ਕੇ ਬਾਗ ਦੇ ਲੱਕੜਾਂ ਲੈਣ ਦੀ ਇਜਾਜ਼ਤ ਮਿਲ ਗਈ ਅਤੇ ਪੂਰੇ ਗੁਰੂ ਕੇ ਬਾਗ ਦੇ ਮੋਰਚੇ ਦੇ ਕੈਦੀਆਂ ਨੂੰ ਛੱਡ ਦਿੱਤਾ ਗਿਆ। ਇਹ ਸਿੱਖ ਦਾ ਕਰੈਕਟਰ ਹੈ, ਇਹ ਸਿੱਖ ਦੀ ਰਾਜਨੀਤੀ ਹੈ ਜਿਹੜੀ ਸਰਬੱਤ ਦੇ ਭਲੇ ਲਈ ਕੰਮ ਕਰਦੀ ਹੈ। ਅੱਜ ਅਸੀਂ ਮਾਫ ਕਰਨਾ ਆਪਣੇ ਜਾਤੀ ਹਿੱਤਾਂ ਦੇ ਲਈ, ਆਪਣੇ ਪੰਥਕ ਹਿੱਤਾਂ ਨੂੰ ਕੁਰਬਾਨ ਕਰ ਰਹੇ ਹਾਂ। ਵਾਹਿਗੁਰੂ ਅੱਗੇ ਅਰਦਾਸ ਹੈ, ਸਮਤ ਬਖਸ਼ੇ, ਸਮਤ ਬਖਸ਼ੇ। ਉਹ ਅਕਾਲੀ ਮੂਵਮੈਂਟ ਜਿਹੜੀ 1920 ਸ਼ੁਰੂ ਹੋਈ, 1925 ਤੱਕ ਚੱਲੀ, ਪਰ ਉਸ ਤੋਂ ਬਾਅਦ ਦੁਫਾੜ ਹੋ ਗਈ। ਉਹ ਅੱਜ ਦੁਫਾੜ ਨਹੀਂ, ਚੁਫਾੜ ਹੋ ਗਈ। ਉਹ ਘਰ ਦੇ ਪਤਾ ਨਹੀਂ ਹਨੇ ਹਨੇ ਕਿਤਨੀਆਂ ਮੀਰੀਆਂ ਬਣ ਗਈਆਂ ਨੇ। ਪਰਮਾਤਮਾ ਫਿਰ ਅਰਦਾਸ ਕਰੀਏ, ਦਾਤਾ ਬਖਸ਼ ਲਓ, ਬਖਸ਼ ਲਓ ਸਾਡੇ ਔਗੜਾਂ ਨੂੰ, ਬਖਸ਼ ਲਓ ਸਭੇ ਜੀ ਸੰਭਾਲ, ਆਪਣੀ ਮਿਹਰ ਕਰ, ਅਨਪਾਣੀ ਮੁੱਛ ਉਪਾਏ, ਦੁੱਖ ਤਲੰਦ ਪੰਤਰ, ਅਰਦਾਸ ਸੁਣੀ ਦਤਾਰ, ਹੋਈ ਸਿਸ ਠਰ, ਲੇਵੋ ਕੰਠ ਲਗਾਏ ਅਪਦਾ ਸਭ ਹਰ, ਨਾਨਕ ਸਵਾਲ ਪਰਬ ਕਾ ਸਫਲ। ਵਾਹਿ ਖਿਮਾ ਕਰਨਾ ਬਹੁਤ ਕਈ ਭੁੱਲਾਂ ਹੋ ਗਈਆਂ ਹੋਣਗੀਆਂ, ਖਿਮਾ ਕਰਨੀ ਕਿਸੇ ਦੇ ਮਨ ਦੇ ਉੱਤੇ ਕੋਈ ਹਰਫ ਆਇਆ ਹੋਵੇ, ਕੋਈ ਵੱਧ ਘੱਟ ਆਖੀ ਹੋਵੇ, ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।